ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਈ ਹੋਪ ਯੂ ਰਿਮੈਂਬਰ, ਅਸੀਂ ਕੱਲ੍ਹ ਦੱਸਿਆ ਸੀ ਹੈਪੀ ਮੈਮਰੀਜ਼, ਚਾਈਲਡਹੁੱਡ, ਯੰਗਰ ਏਜ, ਕਿਸੇ ਵੇਲੇ ਦੀ। ਐਕਚੁਲੀ ਮੈਨੂੰ ਲੱਗਦਾ ਕਿ ਜਦੋਂ ਮੈਂ ਸੋਚ ਵੀ ਰਹੀ ਸੀ ਨਾ, ਮਤਲਬ ਆਈ ਹੈਡ ਅ ਸਮਾਈਲ ਔਨ ਮਾਈ ਫੇਸ। ਆਈ ਐਮ ਸ਼ੋਰ ਤੁਹਾਡੇ ਨਾਲ ਵੀ ਇੰਜ ਹੋਣਾ ਹੈ। ਪ੍ਰੂਵਨ ਹੈਗਾ ਕਿ ਜਦੋਂ ਅਸੀਂ ਈਵਨ ਕੋਈ ਸਿੰਪਲ ਰੂਟੀਨਸ ਜਿਹੜੀ ਕਿ ਪਹਿਲੇ ਪੇਰੈਂਟਸ ਕਰਦੇ ਹੋਣ, ਕੋਈ ਸਿੰਪਲ ਜੋਕ, ਮੈਨੂੰ ਯਾਦ ਆ ਰਿਹਾ ਸੀ ਕਿ ਯੂ ਨੋ ਜਿਹੜਾ ਰਿਪੀਟਡਲੀ ਤੁਹਾਡੇ ਡੈਡ ਦੱਸਦੇ ਹੋਣ, ਜਾਂ ਕੋਈ ਵਕੇਸ਼ਨ, ਜਾਂ ਕੋਈ ਵੀ ਮੈਮਰੀ, ਸਾਨੂੰ ਇੱਕਦਮ ਸਮਾਈਲ ਔਰ ਇੱਕ ਹੈਪੀ ਮੂਡ ਸ਼ਿਫਟ ਕਰ ਦਿੰਦੀ ਹੈ। ਸੋ ਅੱਜ ਰਲ ਕੇ ਸਾਰੇ ਸ਼ੇਅਰ ਕਰਦੇ ਹਾਂ, ਇੱਕ ਮੂਡ ਨੂੰ ਐਲੀਵੇਟ ਕਰਦੇ ਹਾਂ, ਐਂਡ ਖੁੱਲ੍ਹ ਕੇ ਹੱਸ ਦੀ ਗੱਲ ਹੋਏ ਤਾਂ ਖੁੱਲ੍ਹ ਕੇ ਹੱਸਦੇ ਹਾਂ, ਬਿਕੋਜ਼ ਦੈਟਸ ਵੈਰੀ ਇੰਪੋਰਟੈਂਟ। ਐਂਡ ਆਈ ਫੀਲ ਕਿ ਈਵਨ ਛੋਟੀ ਤੋਂ ਛੋਟੀ ਮੈਮਰੀ, ਯੂ ਨੋ ਜਿਹੜੀ ਕਿ ਕਈ ਵਾਰੀ ਸਮਝ ਲਓ ਕਿ ਕੋਈ ਗਾਣਾ ਹੀ ਯਾਦ ਆਉਂਦਾ ਜਿਹੜਾ ਕਿ ਬੜੀ ਦੇਰ ਤੋਂ ਸੁਣਿਆ ਨਹੀਂ ਔਰ ਪਹਿਲੇ ਤੁਸੀਂ ਸੁਣਦੇ ਹੁੰਦੇ ਸੀ, ਦੈਟ ਆਲਸੋ ਬ੍ਰਿੰਗ ਸਮ ਕਾਇੰਡ ਆਫ ਸਮਾਈਲ ਔਨ ਯੋਰ ਫੇਸ। ਉਹ ਵੀ ਖੁਸ਼ੀ ਲਿਆਉਂਦਾ। ਕੋਈ ਐਡ ਇਸ ਤਰ੍ਹਾਂ ਦੀ ਜਿਹੜੀ ਹੁਣ ਨਹੀਂ ਆਉਂਦੀ, ਪਹਿਲੇ ਆਉਂਦੀ ਸੀ ਔਰ ਅਸੀਂ ਬਚਪਨ 'ਚ ਉਹ ਸੁਣਦੇ ਹੁੰਦੇ ਸੀ, ਜਾਂ ਗਾਣੇ, ਜਾਂ ਕੋਈ ਮੂਵੀ, ਅਫਕੋਰਸ ਉਹ ਕਿੰਨੀ ਨੋਰਮਲ ਚੀਜ਼ ਹੈ, ਫਿਰ ਵੀ ਉਹ ਖੁਸ਼ੀ ਲਿਆਉਂਦੀ ਹੈ। ਅਤੇ ਜਿਹਦੇ ਨਾਲ ਸਾਡੀਆਂ ਇਮੋਸ਼ਨਸ ਅਟੈਚਡ ਹੋਣ, ਜਿਹਦੇ ਨਾਲ ਸਾਡੇ ਮਾਂ ਪਿਓ, ਭੈਣ ਭਰਾ, ਦੋਸਤ ਮਿੱਤਰ, ਉਹਨਾਂ ਦੀ ਕੋਈ ਯਾਦਾਂ ਜੁੜੀਆਂ ਹੋਣ, ਤਾਂ ਡੈਫੀਨੇਟਲੀ ਮੈਂ ਕਹਿੰਦੀ ਹਾਂ ਕਿ ਖੁਸ਼ੀ ਤਾਂ ਜ਼ਰੂਰ ਆਏਗੀ ਆਏਗੀ। ਸੋ ਬਹੁਤ ਅੱਛਾ ਤਰੀਕਾ ਹੈ ਇੱਕ ਮੂਡ ਨੂੰ ਸ਼ਿਫਟ ਕਰਨ ਦਾ। ਸੋ ਇਹ ਇੱਕ ਨੈਕਸਟ ਟਾਈਮ ਵਾਸਤੇ ਇਹ ਵੀ ਹੈ ਕਿ ਜਦੋਂ ਉਦਾਸ ਹੋਏ ਮਨ, ਕੋਈ ਹੈਪੀ ਮੈਮਰੀ ਯਾਦ ਕਰੋ, ਮੂਡ ਆਪਣੇ ਆਪ ਸਹੀ ਹੋ ਜਾਏਗਾ। ਸੋ ਅੱਜ ਵਾਸਤੇ ਕੋਸ਼ਿਸ਼ ਕਰਨਾ, ਪਲੀਜ਼ ਜ਼ਰੂਰ ਕਾਲਸ ਕਰਕੇ ਆਪਣੀਆਂ ਗੱਲਾਂ ਕਹੋ, ਕਿਉਂਕਿ ਗਲਾ ਮੇਰਾ ਹਾਲੇ ਵੀ ਥੋੜ੍ਹਾ ਯੂ ਨੋ ਮੇਰੇ ਨਾਲ ਮੈਚ ਨਹੀਂ ਕਰ ਰਿਹਾ। ਸੋ ਜ਼ਿਆਦਾ ਬੋਲਦੇ ਹਾਂ ਤਾਂ ਫਿਰ ਮੁਸ਼ਕਿਲ ਹੋਏਗੀ। ਸੋ ਵੰਡ ਕੇ ਬੋਲਾਂਗੇ ਸਾਰੇ, ਤੁਸੀਂ ਵੀ ਬੋਲੋਗੇ ਤਾਂ ਬਹੁਤ ਵਧੀਆ ਰਹੇਗਾ। ਸੋ ਮੈਨੂੰ ਜੋ ਯਾਦ ਆ ਰਿਹਾ, ਬੜੀਆਂ ਸਾਰੀਆਂ ਚੀਜ਼ਾਂ ਹੈ। ਸੋ ਕਿੱਥੋਂ ਸ਼ੁਰੂ ਕਰਾਂ ਪਤਾ ਨਹੀਂ, ਪਰ ਬੜੀਆਂ ਸਾਰੀਆਂ ਤਾਂ ਇਕਦਮ ਜਦੋਂ ਸੋਚੋ ਨਾ ਤਾਂ ਵਕੇਸ਼ਨ, ਸਾਰੀਆਂ ਸਾਡੀਆਂ ਬਚਪਨ ਦੀਆਂ ਵਕੇਸ਼ਨ, ਇਕੱਠੀਆਂ ਕਜ਼ਨਸ ਨੂੰ ਮਿਲਣਾ, ਦਿੱਲੀ ਮੇਰੇ ਨਾਨਕੇ ਹੁੰਦੇ ਸੀ, ਜਾਂ ਫਿਰ ਕਿਸੇ ਵੇਲੇ ਬਹੁਤ ਛੋਟੇ ਹੁੰਦੇ ਸ਼ਿਮਲਾ ਵੀ ਅਸੀਂ ਜਾਂਦੇ ਸੀ। ਸੋ ਸਾਰੀਆਂ ਉਹ ਯਾਦਾਂ, ਔਰ ਉੱਥੇ ਫਿਰ ਕੀ ਕਰਦੇ ਸੀ ਉਹ ਸੋਚ ਸੋਚ ਕੇ ਨਾ, ਬੜੀਆਂ ਸਿੰਪਲ ਯਾਦਾਂ ਹੈ, ਪਰ ਫਿਰ ਵੀ ਉਹਦੇ ਨਾਲ ਇੰਨਾ ਮਜ਼ਾ ਆਉਂਦਾ ਸੋਚ ਕੇ ਕਿ, ਔਰ ਇੱਕ ਪਰਸਪੈਕਟਿਵ ਵੀ ਇੱਕ ਲੱਗਦਾ ਹੈ ਕਿ ਕਿੰਨੇ 30 ਸਾਲ ਪਹਿਲੇ ਦੀ ਗੱਲ, 30-35 ਸਾਲ ਪਹਿਲੇ ਦੀ ਗੱਲ, ਔਰ ਫਿਰ ਵੀ ਇੰਝ ਲੱਗਦਾ ਕਿ ਹੋ ਕਿਵੇਂ ਸਕਦਾ ਸੀ, ਤਾਂ ਕਿਵੇਂ ਹੋ ਸਕਦਾ ਸੀ, ਫੋਨਾਂ ਨਹੀਂ ਇੰਨੀਆਂ ਹੁੰਦੀਆਂ ਸੀ, ਫਿਰ ਵੀ ਅਸੀਂ ਕੰਟੈਕਟ ਕਰ ਲੈਂਦੇ ਸੀ, ਪ੍ਰੋਗਰਾਮ ਬਣਾ ਲੈਂਦੇ ਸੀ। ਐਂਡ ਸੈਕਿੰਡਲੀ, ਜਾ ਕੇ ਦਿੱਲੀ ਵਰਗੇ ਸ਼ਹਿਰ 'ਚ ਬਾਹਰ ਮੰਜੀਆਂ ਡਾ ਕੇ ਬਾਹਰ ਸੋਣਾ, ਯੂ ਨੋ ਪੂਰੇ ਤਾਰਿਆਂ ਦੇ ਛਾਵਾਂ, ਔਰ ਇੱਕ ਮੰਜੀਆਂ ਦੀ ਜਿੱਥੇ ਸਾਡੀ ਐਂਡ ਹੋ ਰਹੀ ਹੈ, ਉਸ ਤੋਂ ਨੈਕਸਟ ਗੁਆਂਢੀਆਂ ਦੀ ਸ਼ੁਰੂ ਹੋ ਜਾਏਗੀ। ਸੋ ਉਹ ਹੁਣ ਸੋਚ ਕੇ ਵੀ ਲੱਗਦਾ ਕਿ ਇਹ ਪੋਸੀਬਲ ਸੀ, ਕਿਸ ਤਰ੍ਹਾਂ ਹੋ ਸਕਦਾ। ਐਂਡ ਤੁਸੀਂ ਖੁਦ ਐਕਸਪੀਰੀਅੰਸ ਕੀਤਾ ਹੋਇਆ, ਸੋ ਦੈਟ ਬ੍ਰਿੰਗਸ ਸੋ ਮੱਚ ਹੈਪੀਨੈਸ। ਸੋ ਜ਼ਰੂਰ ਤੁਸੀਂ ਕਾਲ ਕਰੋ ਇਮੀਡੀਏਟਲੀ ਐਂਡ ਦੱਸੋ ਮੈਨੂੰ ਕਿ ਤੁਹਾਡੀ ਕੀ ਯਾਦਾਂ ਹੈ ਜਿਹੜੀਆਂ ਅਸੀਂ ਸਾਰੇ ਸ਼ੇਅਰ ਕਰਕੇ ਖੁਸ਼ ਹੋ ਸਕਦੇ ਹਾਂ। ਲੈਟ ਮੀ ਟੇਕ ਫਸਟ ਕਾਲ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਸਪ੍ਰੀਤ, ਥੈਂਕ ਯੂ ਫੋਰ ਕਾਲਿੰਗ। ਥੈਂਕ ਯੂ ਜੀ, ਤੇ ਅੱਜ ਯਾਦਾਂ ਦੀ ਗੱਲ ਕਰ ਰਹੇ ਹਾਂ। ਬਿਲਕੁਲ, ਦੱਸੋ ਕੀ ਸ਼ੇਅਰ ਕਰੋਗੇ। ਸਭ ਤੋਂ ਪਹਿਲਾਂ ਕਹਾਂਗੀ ਬਈ, ਮੈਨੂੰ ਹੁਣ 45 ਸਾਲ ਹੋ ਜਾਣੇ ਆ ਇਸ ਮੁਲਕ ਦੇ ਵਿੱਚ। ਅੱਛਾ ਜੀ। ਤੇ ਮੈਂ ਕਾਫੀ ਪੈਟਰੀਆਟਿਕ ਹੈਗੀ ਆ, ਕਿਉਂਕਿ ਮੈਨੂੰ ਇਸੇ ਦੇਸ਼ ਦਾ ਪਤਾ ਹੈਗਾ ਤੇ ਇੱਥੇ ਹੀ ਮੈਂ ਪਲੀ ਹੈਗੀ ਆ। ਬਿਲਕੁਲ। 2 ਸਾਲ ਦੀ ਸੀ ਜਦੋਂ ਪਹਿਲੀ ਵਾਰੀ ਆਈ ਸੀ। ਅੱਛਾ ਜੀ। ਤੇ ਜਿਹੜਾ 4th of July ਦਾ ਖਾਸ ਕਰਕੇ ਨਾ, ਉਹ ਫਾਇਰਵਰਕਸ ਦੇਖਣੇ ਤਕਰੀਬਨ ਹਰ ਸਾਲ ਮੈਂ, ਮੈਨੂੰ ਯਾਦ ਆ ਛੋਟੀ ਹੁੰਦੀ ਮੈਂ ਫਲੋਰਿਡਾ ਗਰੋ ਅਪ ਹੋਈ ਹੈਗੀ ਆ ਜੀ, ਤੇ ਉੱਥੇ ਜੈਕਸਨ ਬੀਚ ਤੇ ਫੈਮਿਲੀ ਫਰੈਂਡ ਸਾਡੇ ਹੁੰਦੇ ਸੀ ਉੱਥੇ। ਹਾਂਜੀ। ਤੇ ਅਸੀਂ ਹਰ ਸਾਲ ਉਹਨਾਂ ਦੇ ਨਾਲ ਉੱਥੇ ਬੀਚ ਤੇ ਜਾ ਕੇ ਫਾਇਰਵਰਕਸ ਦੇਖਣੇ ਜੀ, ਤੇ ਆਪਣਾ ਵਾਟਰਮੈਲਨ ਲੈ ਕੇ, ਤੇ ਹੁਣ ਵੀ ਆਉਂਦੀ ਸੀਗਾ, ਮਤਲਬ ਮੈਂ ਬਹੁਤ ਫਾਇਰਵਰਕਸ ਨੂੰ ਇੰਜੋਏ ਕਰਦੀ ਹੈਗੀ ਆ, ਤੇ ਉਹ ਲਾਈਕ ਟ੍ਰੈਡੀਸ਼ਨ ਬਣਿਆ ਹੋਇਆ, ਯੂ ਨੋ ਜਸਟ
ਇੰਨੀਆਂ ਮੈਮਰੀਜ਼, ਤੇ ਦੂਜੀ ਚੀਜ਼ ਮਾਮ ਡੈਡ ਪਤਾ ਨਹੀਂ ਜਦ ਦੀ ਛੋਟੀ ਹੈਗੀ ਆ ਨਾ, ਤੇ ਇੱਥੇ ਪਲੀ ਆ ਤੇ ਅਲਬਾਮਾ ਵੀ ਅਸੀਂ ਰਹੇ ਹਾਂ, ਤੇ ਤਕਰੀਬਨ ਹਰ ਹਫ਼ਤੇ ਐਟਲੀਸਟ ਇੱਕ ਵਾਰੀ ਅਸੀਂ ਬਾਹਰ ਖਾਣ ਜਾਂਦੇ ਸੀ ਆਪਣੇ ਫਰੈਂਡਸ ਦੇ ਨਾਲ। ਜੀ ਜੀ ਜੀ, ਜੈਕਸਨਵਿਲ ਵੀ ਉੱਥੇ ਕਿਊਬਨ ਕਪਲ ਸੀਗਾ, ਤੇ ਬਾਅਦ ਚ ਵੀ ਆਈ ਹੈਵ ਸੋ ਮੈਨੀ ਮੈਮਰੀਜ਼ ਬਈ, ਟਾਈਮ ਸਪੈਂਡ ਕਰਨਾ, ਬਾਹਰ ਜਾਣਾ, ਖਾਸ ਉਹ ਦਿਨ ਫਿਕਸ ਕੀਤਾ ਹੁੰਦਾ ਸੀ ਅਸੀਂ ਹਰ ਹਫ਼ਤੇ ਤਕਰੀਬਨ ਬਾਹਰ ਜਾਂਦੇ ਰਹੇ ਆ ਖਾਣਾ ਖਾਣ ਲਈ ਉਹ ਫੈਮਿਲੀ ਦੇ ਨਾਲ, ਕਿਸੇ ਫੈਮਿਲੀ ਨਾਲ, ਤੇ ਉਹ ਕਿੰਨਾ ਸਪੈਸ਼ਲ ਮੈਨੂੰ, ਆਈ ਹੈਵ ਸੋ ਮੈਨੀ ਗ੍ਰੇਟ ਮੈਮਰੀਜ਼। ਪਰ ਉਹੀ ਜਸਪ੍ਰੀਤ, ਆਈ ਕੈਨ ਰੀਅਲੀ ਫੀਲ ਜਿਹੜੀ ਤੁਹਾਡੀ ਮੁਸਕਰਾਹਟ ਹੈ ਨਾ ਇਸ ਵੇਲੇ, ਜੋ ਤੁਹਾਡੇ ਭਾਵੇਂ ਮੈਂ ਤੁਹਾਨੂੰ ਦੇਖ ਨਹੀਂ ਸਕਦੀ ਪਰ ਉਹ ਫੀਲ ਕਰ ਸਕਦੀ ਹਾਂ ਕਿ ਜਦੋਂ ਵੀ ਇਹ ਵਾਲੀਆਂ ਯਾਦਾਂ ਨੂੰ ਯਾਦ ਕਰਦੇ ਹਾਂ ਤੇ ਕਿੰਨਾ ਅੱਛਾ ਲੱਗਦਾ ਹੈ। ਤੇ ਆਲਸੋ ਸੇਮ ਟਾਈਮ ਜਦੋਂ ਮੈਂ ਛੋਟੀ ਸੀ ਨਾਨਕੇ ਜਾਂਦੀ ਸੀਗੀ ਲੁਧਿਆਣੇ, ਜੀ ਜਿੱਦਾਂ ਤੁਸੀਂ ਹੁਣ ਗੱਲ ਕੀਤੀ ਆ ਬਾਹਰ ਮੰਜਿਆਂ ਡਾ ਕੇ ਪੈਣਾ, ਉੱਥੇ ਨਾ ਅਸੀਂ ਸਾਰੇ ਲੜਦੇ ਹੁੰਦੇ ਸੀ, ਪੰਜ ਮੰਜੇ ਹੀ ਬਾਹਰ ਡਾਏ ਹੁੰਦੇ ਸੀ ਨਾਨਾ ਜੀ ਨੇ ਜੀ, ਤੇ ਉਹ ਕਿਹਨੇ ਮੰਜਿਆਂ ਕਿਹਨੇ ਬਾਹਰ ਪੈਣਾ ਮੰਜੇ ਤੇ ਉਸ ਰਾਤ ਨੂੰ, ਤੇ ਅੰਦਰ ਪੈਣਾ ਅਸੀਂ ਲੜਦੇ ਹੁੰਦੇ ਸੀ। ਬਿਲਕੁਲ ਬਿਲਕੁਲ, ਸਭ ਯਾਦ ਆ ਜਾਂਦਾ, ਤੇ ਕੂਲਰ ਤੇ ਬੜਾ ਅੱਛਾ ਟਾਈਮ। ਉਹ ਮੈਂ ਇੱਥੇ ਮੈਂ ਕਹਿੰਦੀ ਹਾਂ ਇੱਥੇ ਘਰਾਂ ਦੇ ਵਿੱਚ ਕੋਠੇ ਨਹੀਂ ਹੁੰਦੇ, ਮੈਂ ਬਹੁਤ ਮਿਸ ਕਰਦੀ ਹਾਂ ਉੱਥੇ ਕੋਠੇ ਜਿਹਾ। ਆਈ ਨੋ, ਥੈਂਕ ਯੂ ਸੋ ਮਚ ਜਸਪ੍ਰੀਤ। ਹੋਰ ਵੀ ਕੁਛ ਯਾਦ ਆਏ ਨਾ ਜ਼ਰੂਰ ਸ਼ੇਅਰ ਕਰਿਓ, ਕਿਉਂਕਿ ਅਸੀਂ ਅੱਜ ਬਸ ਇਹੀ ਗੱਲਾਂ ਕਰਨੀਆਂ ਕਿ ਇੱਕ ਦੂਜੇ ਨੂੰ ਉਹ ਗੱਲਾਂ, ਔਰ ਮਜ਼ੇ ਦੀ ਗੱਲ ਦੇਖੋ ਕਿ ਕਈ ਸਾਡੀਆਂ ਜਿਹੜੀਆਂ ਗੱਲਾਂ ਅਤੇ ਮੈਮਰੀਜ਼ ਹੈ ਨਾ ਉਹ ਸਾਂਝੀਆਂ ਹੋਣਗੀਆਂ, ਜਿਵੇਂ ਮੰਜੀਆਂ ਦੀ ਤੁਹਾਨੂੰ ਵੀ ਯਾਦ ਆ ਗਈ। ਸੋ ਇਸ ਤਰ੍ਹਾਂ ਅਸੀਂ ਉਹ ਸਾਰਿਆਂ ਦਾ ਬਚਪਨ ਜਿਹੜਾ ਸਾਡਾ ਹੈਗਾ ਨਾ, ਉਹ ਕਈ ਚੀਜ਼ਾਂ ਜਿਹੜੀਆਂ ਕਾਮਨ ਸੀ ਔਰ ਸਾਨੂੰ ਕਿੰਨੇ ਸਿੰਪਲ ਚੀਜ਼ਾਂ ਸਾਨੂੰ ਖੁਸ਼ੀ ਦਿੰਦੀਆਂ ਸੀ। ਜੀ ਥੈਂਕ ਯੂ ਸੋ ਮਚ ਜਸਪ੍ਰੀਤ, ਹੋਰ ਵੀ ਸਾਰੇ ਜ਼ਰੂਰ ਕਾਲ ਕਰੋ। ਸੋ ਮੈਂ ਲੈਂਦੀ ਹਾਂ ਇੱਕ ਹੋਰ ਕਾਲ ਅਨੀ ਦੇ। ਹੈਲੋ ਹੈਲੋ ਅਰਵਿੰਦ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਠੀਕ ਹੈ ਜੀ, ਤੁਸੀਂ ਦੱਸੋ। ਢਿੱਲੀ ਲੱਗਦੀ ਹੈ ਹਨਾ? ਠੀਕ ਹੈ, ਗਲਾ ਥੋੜਾ ਹੈਗਾ ਹਲੇ, ਹੋ ਗਿਆ, ਕੋਈ ਗੱਲ ਨਹੀਂ, ਠੀਕ ਹੋ ਜਾਏਗਾ, ਮੌਸਮ ਵੀ ਬਦਲਦਾ। ਹਾਂਜੀ, ਮੇਰੀ ਆਪਣੀ ਤਬੀਅਤ ਪਿਛਲੇ ਹਫ਼ਤੇ ਬੜੀ ਹੋ ਗਈ ਸੀ ਖਰਾਬ, ਬਲੱਡ ਪ੍ਰੈਸ਼ਰ ਇੰਨਾ ਹਾਈ ਚੱਲਾ ਗਿਆ, ਗਰਮੀ ਕਰਕੇ ਸ਼ਾਇਦ ਹੋਏਗਾ ਜਾਂ ਕੁਛ ਕੁਛ ਵੀ ਵਜ੍ਹਾ ਹੋਏਗੀ। ਨਾਓ ਆਮ ਫਾਈਨ, ਓਕੇ, ਗੁੱਡ ਗੁੱਡ, ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ, ਤੁਹਾਨੂੰ ਤੁਹਾਡੀ ਆਵਾਜ਼ ਸਾਨੂੰ ਸੁਣਦੀ ਰਹੇ ਬਸ ਸਾਨੂੰ ਬਹੁਤ ਅੱਛਾ ਲੱਗਦਾ ਹੈ। ਮੈਨੂੰ ਤੁਹਾਡੀ ਆਵਾਜ਼ਾਂ ਸੁਣਦੀਆਂ ਨੇ ਮੈਨੂੰ ਹੋਰ ਬੜਾ ਅੱਛਾ, ਉਹਦੇ 'ਚ ਬੜੀ ਖੁਸ਼ੀ ਮਿਲਦੀ। ਅਰਵਿੰਦ ਜੀ, ਖੁਸ਼ੀ ਜਿਹੜੀ ਹੈ ਇੱਕ ਥੋਟ ਹੈ। ਹਾਂਜੀ, ਜਿੰਨੀ ਦੇਰ ਤੁਹਾਡਾ ਥੋਟ ਨਹੀਂ ਆਉਣਗੇ ਨਾ ਖੁਸ਼, ਉਨੀ ਦੇਰ ਤੁਸੀਂ ਚਾਹੇ ਕਾਰ ਲੈ ਲਓ ਚਾਹੇ ਮਰਸਡੀਜ਼ ਲੈ ਲਓ ਚਾਹੇ ਕੁਛ ਲੈ ਲਓ, ਤੁਸੀਂ ਖੁਸ਼ ਨਹੀਂ ਹੋਵੋਗੇ, ਕਿਉਂਕਿ ਉਹ ਜਿਹੜੀ ਇਹ ਓਬਜੈਕਟ ਤੁਹਾਨੂੰ ਖੁਸ਼ ਨਹੀਂ ਕਰਦਾ, ਤੁਹਾਨੂੰ ਥੋਟਸ ਖੁਸ਼ ਕਰਦੇ ਕਿ ਤੁਸੀਂ ਕਿਹੜਾ ਥੋਟ ਲਿਆ ਰਹੇ ਹੋ। ਜੀ ਜੀ ਜੀ, ਛੋਟੀਆਂ ਛੋਟੀਆਂ ਚੀਜ਼ਾਂ ਕਈ ਵਾਰੀ ਬੜੀਆਂ ਖੁਸ਼ੀ ਦੇ ਜਾਂਦੀਆਂ ਨੇ। ਬਿਲਕੁਲ, ਮੈਂ ਕਹਿੰਦੀ ਛੋਟੇ ਛੋਟੇ ਚੁਟਕਲਾ ਪੜ੍ਹਨੀ ਆਪਣੇ ਚ ਇੰਨਾ ਹੱਸਣੀ ਔਰ ਬੜੀ ਖੁਸ਼ ਹੋ ਜਾਂਦੀ। ਜੀ ਜੀ ਜੀ, ਦੋ ਲਾਈਨਾਂ ਪੜ੍ਹ ਕੇ ਆਦਮੀ ਬੜਾ ਖੁਸ਼ ਹੋ ਜਾਂਦਾ। ਸਹੀ ਹੈ, ਹਾਂਜੀ, ਤੁਸੀਂ ਕੋਈ ਸ਼ੇਅਰ ਕਰੋ ਆਪਣੀ ਯਾਦ। ਬਿਲ ਖਰੀਦੇ ਹੀ ਹਮੇ ਖੁਸ਼ੀਆਂ ਮਿਲੇ, ਐਸਾ ਵੀ ਹੋ, ਕਿਆ ਜ਼ਰੂਰੀ ਹੈ ਕਿ ਹਮ ਸਦਾ ਹੀ ਦਾਮ ਦੇ? ਕਿਆ ਬਾਤ ਹੈ, ਬਿਲਕੁਲ, ਮਾਲੇ ਕਿ ਖਰੀ ਮੁੱਲ ਦੇਣਾ ਜ਼ਰੂਰੀ ਹੈ ਕੋਈ? ਨਹੀਂ, ਬਿਲਕੁਲ ਨਹੀਂ, ਔਰ ਮੁੱਲ ਲਿੱਤੀਆਂ ਖੁਸ਼ੀਆਂ ਤੇ ਵੈਸੇ ਹੀ ਬੜੀਆਂ ਟੈਂਪਰੇਰੀ ਹੁੰਦੀਆਂ, ਟੈਂਪਰੇਰੀ ਹੁੰਦੀਆਂ ਨੇ। ਬਸ ਇੱਕ ਥਾਟ ਹੈ, ਮੈਂ ਪੜ੍ਹ ਰਹੀ ਸੀ ਕਿ ਥਾਟ ਬੜਾ ਜ਼ਰੂਰੀ ਹੈ ਜੀ, ਕਿ ਮੈਨੂੰ ਇਹ ਚੀਜ਼ ਮਿਲ ਜਾਏ ਤੇ ਮੈਂ ਬੜੀ ਖੁਸ਼ ਹੋ ਜਾਵਾਂਗੀ। ਅਸਰ ਨਹੀਂ ਹੁੰਦਾ, ਓਬਜੈਕਟ ਹੈ। ਤੁਹਾਡੇ ਅਗਰ ਥਾਟ ਹੈ, ਤੁਹਾਨੂੰ ਛੋਟੀਆਂ ਛੋਟੀਆਂ ਚੀਜ਼ਾਂ ਖੁਸ਼ੀਆਂ ਦੇ ਜਾਂਦੀ, ਤੁਹਾਡੇ ਗ੍ਰੈਂਡ ਬੱਚੇ ਨੇ ਕੋਈ ਐਸੀ ਗੱਲ ਕਹਿਤੀ, ਤੁਸੀਂ ਸਾਰਾ ਦਿਨ ਸੋਚਦੇ ਰਹੇ ਔਰ ਖੁਸ਼ ਹੁੰਦੇ ਰਹੇ ਕਿ ਬੜੀ ਬੜੀ ਇਨੋਸੈਂਟ ਜਿਹੀ ਨੇ ਗੱਲ ਕਹਿਤੀ। ਜੀ ਜੀ, ਮੈਂ ਕੱਲ੍ਹ ਆਪਣੀ ਗ੍ਰੈਂਡ ਡਾਟਰ ਨੂੰ ਕਿਹਾ, ਮੈਂ ਕਿਹਾ ਪ੍ਰਿਯੰਕਾ ਯੂ ਹੈਵ ਟੂ ਕਾਲ ਮੀ ਐਵਰੀ ਵੀਕ ਵਨਸ ਏ ਵਾਈਲ, ਕਿਉਂਕਿ ਮੇਰਾ ਦੂਜਾ ਬੇਟਾ ਥੋੜਾ 15-20 ਮਿੰਟ ਦੂਰ ਹੈ ਜੀ, ਤੇ ਇੱਥੇ ਜਿੱਥੇ ਮੈਂ ਰਹਿੰਦੀ ਹਾਂ, ਤੇ ਮੈਂ ਉਹਨੂੰ ਕੱਲ੍ਹ ਐਵੇਂ ਕਿਹਾ, ਮੈਂ ਕਿਹਾ ਪ੍ਰਿਯੰਕਾ ਯੂਅਰ ਗ੍ਰੈਂਡਮਾ ਇਜ਼ ਓਲਡ ਨਾਓ, ਤੇ ਉਹਨੇ ਹੱਸਣਾ ਸ਼ੁਰੂ ਕਰ ਦਿੱਤਾ। ਮੈਂ ਕਿਹਾ ਵਾਈ ਯੂ ਲੈਫਿੰਗ, ਕਹਿੰਦੀ ਯੂ ਡੋਂਟ ਲੁੱਕ ਓਲਡ। ਮੈਂ ਕਿਹਾ ਈਵਨ ਦੈਨ ਪ੍ਰਿਯੰਕਾ ਯੂ ਹੈਵ ਟੂ ਕਾਲ ਮੀ ਵਨਸ ਏ ਵਾਈਲ ਹਾਊ ਆਈ ਐਮ ਡੂਇੰਗ। ਠੀਕ ਹੈ, ਸੋ ਕੋਈ ਮੈਮਰੀ ਸ਼ੇਅਰ ਕਰੋਗੇ ਆਪਣੀ? ਹਾਂ, ਮੈਮਰੀਜ਼ ਸ਼ੇਅਰ ਕਰਨਾ ਕਿ ਅੱਛਾ, ਇੱਕ ਮੈਮਰੀ ਮੈਨੂੰ ਬੜੀ ਹੰਸੀ ਵਾਲੀ ਹੈ। ਅਸੀਂ ਸ਼ਿਮਲਾ ਗਏ, ਓਕੇ, ਤੇ ਮੇਰਾ ਬ੍ਰਦਰ ਨਾਲ ਸੀਗਾ, ਮੇਰਾ ਮਾਸੀ ਜੀ ਦਾ ਲੜਕਾ, ਉਹਨੇ ਐਨਕ ਪਾਈ ਦੀ ਸੀ ਜੀ, ਜਾਖੂ ਗਏ ਅਸੀਂ, ਸਮ ਹੋ ਉਸ ਬੰਦਰ ਨੇ ਮੇਰੇ ਭਾਈ ਦੀ ਐਨਕ ਉਤਾਰ ਲਈ, ਉਹ ਐਨਕ ਉਤਾਰ ਕੇ ਲੈ ਗਿਆ। ਅੱਛਾ, ਉਹ ਜਾ ਆਪਣਾ ਬੈਠਾ ਆਪਣਾ ਉੱਪਰ ਜਾ ਕੇ ਪੇੜ ਤੇ, ਮੈਂ ਕਿਹਾ ਵੀ ਇਹ ਤੇ ਬੜੀ ਗੱਲ ਹੈ, ਹੁਣ ਕਿਸ ਤਰ੍ਹਾਂ ਹੋਇਆ ਜਾਏ, ਕਿਉਂਕਿ ਉਹ ਨਕਲ ਚ ਹੀ ਬੜੇ ਹੁੰਦੇ ਨੇ। ਆਈ ਨੋ, ਮੈਨੂੰ ਥੋੜ੍ਹਾ ਜਿਹਾ ਨਾ ਆਈਡੀਆ ਆਇਆ,
ਮੈਂ ਉਹਨੂੰ ਆਪਣੀ ਐਨਕ ਐਵੇਂ ਦੂਜੇ ਵਾਲੀ ਐਨਕ ਦਿੱਤੀ ਆਪਣੇ ਪਰਸ ਚੋਂ, ਮੈਂ ਕਿਹਾ ਇਹ ਪਾ ਲੈ, ਮੈਂ ਕਿਹਾ ਫਿਰ ਦੁਬਾਰਾ ਨਹੀਂ ਆਏਗਾ ਸ਼ਾਇਦ, ਉਹਨੂੰ ਦੇਖ ਨਕਲ ਕਰਨੀ ਉਹਨੇ ਵੀ ਮੈਂ ਐਨਕ ਪਾਣੀ ਹੈ ਇਹ ਚੀਜ਼, ਉਹਨੂੰ ਮੈਂ ਆਪਣੀ ਐਨਕ ਦਿੱਤੀ, ਉਹਨੇ ਐਨਕ ਪਾਈ, ਉਹ ਦੁਬਾਰਾ ਆਇਆ ਉਹ ਐਨਕ ਦੇ ਗਿਆ। ਮੈਂ ਕਿਹਾ ਵੀ ਠੀਕ ਕੰਮ ਕਰ ਗਈ। ਛੋਟੀਆਂ ਛੋਟੀਆਂ ਚੀਜ਼ਾਂ, ਬੜੀਆਂ ਚੀਜ਼ਾਂ ਨੇ ਜ਼ਿੰਦਗੀ ਦੀ, ਮੈਮਰੀਜ਼ ਤਾਂ ਬਹੁਤ ਨੇ, ਕਿਸ ਕਿਸ ਨੂੰ ਸੁਣਾਈਏ। ਬਸ ਮੈਂ ਛੋਟੀ ਜਿਹੀ ਨੂੰ ਇਹ ਚੀਜ਼ ਤੁਹਾਨੂੰ ਦੱਸਾਂਗੀ ਕਿ ਥੋਟ ਤੁਸੀਂ ਆਪਣੇ ਖੁਸ਼ ਰੱਖੋ ਐਂਡ ਯੂ ਆਰ ਹੈਪੀ। ਜੀ ਜੀ ਬਹੁਤ ਵਧੀਆ। ਹਮ ਨਾ ਮਾਨੇਂਗੇ ਹਮੇ ਅਬ ਸ਼ੌਕ ਸੇ ਇਲਜ਼ਾਮ ਦੋ, ਕਿਆ ਜ਼ਰੂਰੀ ਹੈ ਕਿ ਹਰ ਰਿਸ਼ਤੇ ਕੋ ਹਮ ਇੱਕ ਨਾਮ ਦੇ। ਸਹੀ ਹੈ, ਸਹੀ ਹੈ, ਬਹੁਤ ਵਧੀਆ। ਸੋਚੋ ਔਰ ਖੁਸ਼ ਹੋਵੋ, ਹਰ ਚੀਜ਼ ਨੂੰ ਖੁਸ਼ੀ ਚ ਲਵੋ। ਜੇ ਥੋੜਾ ਜਿਹਾ ਗਮਗੀਨ ਵੀ ਹੋ ਤਾਂ ਆਪਣਾ ਧਿਆਨ ਡਾਈਵਰਟ ਕਰ ਲਓ, ਕੋਈ ਡਰ ਨਹੀਂ, ਕਿਉਂਕਿ ਜ਼ਿੰਦਗੀ ਵਿੱਚ ਇਹ ਚੀਜ਼ਾਂ ਆਉਂਦੀਆਂ ਰਹਿਣਗੀਆਂ, ਉਹਦੇ ਬਗੈਰ ਤੇ ਮਜ਼ਾ ਹੀ ਨਹੀਂ ਹੈ। ਸਾਰੀ ਜ਼ਿੰਦਗੀ ਖੁਸ਼ ਰਹੇ ਉਹ ਵੀ ਕੋਈ ਗੱਲ ਨਹੀਂ ਬਣਦੀ। ਥੈਂਕ ਯੂ ਸੋ ਮਚ ਸੁਦਰਸ਼ਨ ਜੀ। ਬਾਕੀਆਂ ਨੂੰ ਮੈਂ ਸੁਣਾਂਗੀ, ਪਰ ਥਾਟ ਆਪਣੇ ਖੁਸ਼ ਰੱਖੋ, ਯੂ ਆਰ ਹੈਪੀ। ਥੈਂਕ ਯੂ। ਤਬੀਅਤ ਠੀਕ ਰੱਖੋ ਆਪਣੀ, ਚਾਏ ਚੁਏ ਪੀਓ, ਸ਼ਹਿਦ ਪਾ ਕੇ, ਅਦਰਕ ਦਾ ਪਾਣੀ ਅਦਰਕ ਵਿੱਚ ਪਾ ਕੇ, ਤੁਲਸੀ ਪਾ ਕੇ, ਥੋੜਾ ਜਿਹਾ ਖੁੱਲ ਜਾਏਗਾ ਗਲਾ। ਠੀਕ ਹੈ ਜੀ, ਥੈਂਕ ਯੂ ਸੋ ਮਚ, ਵੈਲਕਮ। ਥੈਂਕ ਯੂ ਜੀ, ਥੈਂਕ ਯੂ। ਜਿਸ ਤਰ੍ਹਾਂ ਬਿਲਕੁਲ ਸਹੀ, ਯੂ ਨੋ ਸੁਦਰਸ਼ਨ ਜੀ ਕਹਿ ਰਹੇ ਕਿ ਖੁਸ਼ੀਆਂ ਥੋਟਸ ਨੇ, ਔਰ ਵਾਕਈ ਉਹ ਜਿਹੜਾ ਕਹਿ ਰਹੇ ਨੇ ਕਿ ਘਰ ਲੈਣਾ, ਮਰਸਡੀਜ਼ ਲੈਣਾ, ਠੀਕ ਹੈ ਖੁਸ਼ੀਆਂ ਦੇਣੀਆਂ, ਪਰ ਮਜ਼ੇ ਦੀ ਗੱਲ ਅੱਜ ਦੇਖਦੇ ਹਾਂ ਸਾਡੀਆਂ ਕਿੰਨੀਆਂ ਜਿਹੜੀਆਂ ਮੋਮੈਂਟਸ ਹੈਗੀਆਂ ਖੁਸ਼ੀ ਵਾਲੀਆਂ, ਉਹ ਜੁੜੀਆਂ ਹੋਈਆਂ ਕਿਸੇ ਮਟੀਰੀਅਲ ਚੀਜ਼ ਨਾਲ, ਕਿ ਮੈਨੂੰ ਇਹ ਜਦੋਂ ਚੀਜ਼ ਮਿਲੀ ਸੀ ਮੈਨੂੰ ਬੜੀ ਖੁਸ਼ੀ ਹੋਈ ਸੀ। ਦੇਖਦੇ ਹਾਂ ਉਹ ਵੀ ਦਿੰਦੀਆਂ, ਪਰ ਉਹਦੇ ਨਾਲ ਸਾਡੀ ਫੀਲਿੰਗ ਸਾਨੂੰ ਜ਼ਿਆਦਾ ਯਾਦ ਹੈ ਕਿ ਅਸੀਂ ਕਿਵੇਂ ਮਹਿਸੂਸ ਕਰ ਰਹੇ ਸੀ, ਕਿਉਂ ਇੰਝ ਮਹਿਸੂਸ ਕਰ ਰਹੇ ਸੀ, ਰਾਦਰ ਦੈਨ ਕਿ ਉਹ ਚੀਜ਼ ਯਾਦ ਹੋਏ। ਸੋ ਦੈਟ ਇਜ਼ ਅਨਦਰ ਪਰੂਫ ਕਿ ਚੀਜ਼ਾਂ ਕਿੰਨੀ ਖੁਸ਼ੀ ਦੇ ਸਕਦੀਆਂ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਅੱਜ ਮੈਮਰੀਜ਼ ਦੀ। ਸੋ ਕਈ ਮੈਮਰੀਜ਼ ਕਹਿੰਦੇ ਕਿ ਸਿਰਫ ਜ਼ਿਆਦਾ ਜਦੋਂ ਚਾਈਲਡਹੁੱਡ ਦੀ ਮੈਮਰੀਜ਼ ਹੋਣ ਨਾ, ਇਹ ਵੀ ਇਹ ਕਿ ਐਕੂਰੇਸੀ ਉਹਦੀ ਇੰਨੀ ਪੱਕਾ ਨਹੀਂ ਪਤਾ ਹੁੰਦੀ, ਕਿਉਂਕਿ ਥੋੜ੍ਹੀ ਮਿਕਸਡ ਅਪ ਹੋਈਆਂ ਹੁੰਦੀਆਂ, ਕੋਈ ਇੱਕ ਜਗ੍ਹਾ ਦਾ ਘਰ ਯਾਦ ਹੈ ਅਤੇ ਦੂਜੀ ਜਗ੍ਹਾ ਦਾ ਬੈਠਣਾ ਯਾਦ ਹੈ, ਕੁਛ ਮਿਕਸ ਹੋਈਆਂ ਹੁੰਦੀਆਂ। ਔਰ ਸਮਟਾਈਮਸ ਉਹ ਰੀਟੈਲਿੰਗ ਬਾਰ ਬਾਰ ਦੱਸਣ ਕਰਕੇ ਜਾਂ ਪਿਕਚਰਸ ਕਰਕੇ ਜਾਂ ਵੀਡੀਓਜ਼ ਕਰਕੇ ਉਹ ਯੂ ਨੋ ਹੋਈਆਂ ਹੁੰਦੀਆਂ ਪੱਕੀਆਂ, ਅਸਲ 'ਚ ਉਹ ਯਾਦ ਹੋਏ ਨਾ ਹੋਏ। ਸੋ ਬੜੀਆਂ ਚੀਜ਼ਾਂ, ਪਰ ਉਹ ਹੀ ਚੀਜ਼ ਯਾਦ ਕਰਕੇ ਤੁਸੀਂ ਕਿੰਨਾ ਇੱਕ ਤਰ੍ਹਾਂ ਨਾਲ ਸਮਾਈਲ ਕਰ ਸਕਦੇ ਹੋ, ਇਹ ਮੇਰੀ ਹੈ, ਕਿਉਂਕਿ ਮੈਂ ਬ੍ਰੇਕ ਦੇ ਵਿੱਚ ਬੜੀਆਂ ਚੀਜ਼ਾਂ ਯਾਦ ਕਰ ਸੀ। ਖਾਸ ਤੌਰ 'ਤੇ ਮੈਨੂੰ ਯਾਦ ਆ ਰਿਹਾ ਸੀ ਜਦੋਂ ਵਕੇਸ਼ਨ 'ਤੇ ਜਾਓ ਤਾਂ ਨਾਨਾ ਜੀ ਨੇ ਸਲਾਦ ਕੱਟਣੀ, ਔਰ ਸਲਾਦ ਵੀ ਕੀ ਹੁੰਦੀ ਸੀ ਤਾਂ ਜ਼ਿਆਦਾਤਰ ਖੀਰਾ ਹੁੰਦਾ ਸੀ। ਸੋ ਖੀਰਾ ਕਿਸ ਕੇ ਉਹਨਾਂ ਨੇ ਪਲੇਟ ਭਰ ਕੇ ਕੱਟਣੀ ਐਂਡ ਫਿਰ ਬੁਰਕੀਆਂ ਗ੍ਰਾਹੀਆਂ ਸਾਰਿਆਂ ਦੇ ਮੂੰਹਾਂ ਦੇ ਵਿੱਚ ਪਾਣੀ, ਮਤਲਬ ਪਹਿਲਾਂ ਫੁਲਕਾ ਲੈਣਾ ਨਾ ਅਤੇ ਚਾਰ ਬੰਦੇ ਨਾਲ ਬੈਠੇ ਨੇ ਅਤੇ ਉਹਨਾਂ ਦੀਆਂ ਮੂੰਹ ਦੇ ਵਿੱਚ ਗ੍ਰਾਹੀਆਂ ਪਾਣੀਆਂ, ਵਿਚ ਵਾਜ਼ ਮਾਈ ਫੇਵਰੇਟ ਮੈਮਰੀ, ਆਈ ਮੀਨ ਇਟ ਸਟਿਲ ਮਾਈ ਫੇਵਰੇਟ ਮੈਮਰੀ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਹਾਂਜੀ ਹਾਂਜੀ, ਬਲ ਸਾਹਿਬ ਦੱਸੋ ਕੀ ਕਹਿੰਦੇ ਹੋ, ਸਵਾਗਤ ਹੈ। ਕਹਿਣਾ ਕੀ ਹੈ ਜੀ, ਤੁਹਾਡਾ ਬੀਬੀਆਂ ਦਾ ਪ੍ਰੋਗਰਾਮ ਚੱਲ ਰਿਹਾ, ਬਹੁਤ ਵਧੀਆ ਸੁਣ ਰਹੇ ਹਾਂ। ਸੁਦਰਸ਼ਨ ਜੀ ਦਾ ਪੁਰਾਣੇ ਬੋਲੇ ਸੁਣਾਏ ਹੋਏ ਰੇਡੀਓ ਤੇ ਟੀਵੀ ਤੇ ਤੁਹਾਡੇ ਰਾਹੀਂ ਗੀਤ ਗੀਤ ਯਾਦ ਕਰ ਲਈਦੇ ਆ ਬੜਾ, ਤੇ ਜਦੋਂ ਕਿਤੇ ਦੋਨੋਂ ਜੀ ਅਸੀਂ ਬੈਠੇ ਹੋਈਏ ਤੇ ਕਹਿਣਗੇ ਸੁਦਰਸ਼ਨ ਜੀ ਆ ਗਏ ਆ, ਤੇ ਮੈਂ ਕਹੂੰਗਾ ਨਹੀਂ, ਉਹ ਸਾਡੇ ਬਹੁਤ ਹੀ ਸਤਿਕਾਰਯੋਗ ਲਤਾ ਜੀ ਆ ਗਏ ਆ ਜੀ। ਤੁਹਾਡਾ ਕੀ ਕਹਿਣਾ ਜੀ, ਮੈਂ ਮਿਸ ਕਰਦਾ ਰਿਹਾ ਕਾਫੀ ਤੁਹਾਡਾ ਪ੍ਰੋਗਰਾਮ ਸਾਲ ਡੇਢ ਸਾਲ ਤੋਂ। ਹਾਂਜੀ ਹਾਂਜੀ, ਤੁਹਾਡਾ ਤਰੀਕਾ, ਤੁਹਾਡਾ ਸਲੀਕਾ, ਤੁਹਾਡਾ ਬੋਲਚਾਲ, ਬਹੁਤ ਕੁਝ ਸਿੱਖਣ ਨੂੰ ਮਿਲਦਾ, ਕਿਉਂਕਿ ਮੈਂ ਇੱਕ ਪਹਿਲੂ ਸਧਾਰਨ ਫੈਮਿਲੀ ਤੋਂ ਬਿਲੋਂਗ ਕਰਦਾ ਜੀ, ਤੇ ਮੇਰੇ ਜਿਹੜੇ ਮੈਸੇਜ ਆ ਹਰਜੀਤ ਕੌਰ, ਸਰਦਾਰਨੀ ਬਲ ਜੀ, ਉਹ ਜਦੋਂ ਟੇਬਲ ਤੇ ਬਹਿ ਕੇ ਖਾਣਾ ਲਾਉਂਦੇ ਆ ਖਾਈਦਾ ਤੇ ਕੋਈ ਨਾ ਕੋਈ ਨੁਕਸ ਕੱਢ ਦਿੰਦੇ ਆ, ਤੇ ਮੈਂ ਕਹੂੰਗਾ ਵੀ ਅਸੀਂ ਤੇ ਖੇਤਾਂ 'ਚ ਗੰਢਾ ਤੇ ਚਾਰ ਰੱਖ ਲਈਦਾ ਰੋਟੀ ਤੇ, ਤੇ ਜੇ ਕੋਈ ਦਾਲ ਸਬਜ਼ੀ ਹੁੰਦੀ ਕੌਲੀ ਠੰਡੀ ਤੱਤੀ ਖਾ ਲਈਦੀ, ਸਾਨੂੰ ਕੀ ਪਤਾ ਇਹ ਕਿੱਦਾਂ ਟੇਬਲ ਡਾਇਨਿੰਗ ਟੇਬਲ ਇੱਥੇ ਆਣ ਕੇ ਵਰਤਣੇ ਪੈਣੇ ਆ ਜੀ 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 ਜੀ, ਤੇ ਉਦੋਂ ਤਕਰੀਬਨ ਮੈਂ ਫਿਰ ਇਕੱਲਾ ਹੱਸੂਗਾ ਤੇ ਉਹ ਆਖਣਗੇ ਹੱਸਦੇ ਕਿਉਂ, ਮੈਂ ਆਖੂੰਗਾ ਵੀ ਉਹ ਚੇਤਾ ਆ ਰਿਹਾ ਜਦੋਂ ਬੰਬੀਆਂ ਦੇ ਰੋਟੀ ਪਾਣੀ ਲੈ ਕੇ ਆਉਂਦੇ ਸੀ ਤੇ ਉੱਥੇ ਕੋਈ ਟੇਬਲ ਨਹੀਂ ਹੁੰਦਾ, ਬਿਲਕੁਲ ਕੋਈ ਨੈਪਕਿਨ ਨਹੀਂ ਹੁੰਦਾ ਤੇ ਮਿੱਟੀ ਦੀ
ਫਸਲ ਦੀ ਤਰੇਲ ਨਾਲ ਹੱਥ ਸਾਫ ਕਰ ਲਈਦੇ ਸੀ ਤੇ ਫਿਰ ਅੱਗੇ ਤੁਰ ਪਈਦਾ ਸੀ। ਤੇ ਹੁਣੇ ਗੱਲ ਕਰਨ ਡੇ ਪਾਣੀ ਏਦਾਂ ਪੀਣਾ ਚਾਹੀਦਾ। ਯੂਟਿਊਬ ਤੇ ਵੇਖਣ ਡੇ ਅਸੀਂ, ਮੈਂ ਕਿਹਾ ਜਿਹੜੇ ਨੌਕਰ ਰੱਖੇ ਹੁੰਦੇ ਸੀ ਉਹ ਚਾਰ ਚਾਰ ਪੰਜ ਪੰਜ ਗਲਾਸ ਲੱਸੀ ਦੇ ਪੀ ਲੈਂਦੇ ਸੀ, ਦਿਨ ਚ ਦੋ ਵਾਰੀ ਪਾਣੀ ਮਿਲਣਾ ਤੇ ਸੌ ਸੌ ਸਾਲ ਉਮਰ ਤੱਕ ਉਹ ਜੀ ਲੈਂਦੇ ਸੀ। ਤੇ ਤੁਹਾਡੇ ਤੋਂ ਸਿੱਖਦੇ ਰਹੀਦਾ ਜੀ, ਇੰਨਾ ਵਧੀਆ ਵਧੀਆ ਜਸਪ੍ਰੀਤ ਜੀ ਹੋਰ ਸਾਰੇ ਕਾਲਰ ਜਿਹੜੇ ਆ ਬਹੁਤ ਚੰਗੇ ਵਿਚਾਰ ਦੇ ਰਹੇ ਹੋ। ਸਭ ਕੀ ਈਵਨ ਅਸੀਂ ਪੁਰਾਣੀ ਮੈਮਰੀਜ਼ ਦੀ ਗੱਲ ਕਰ ਰਹੇ ਆ, ਈਵਨ ਸਾਡੇ ਵੀ ਸਿਟੀਜ਼ਨ ਬਣ ਜਾਗੇ, ਥੋੜੇ ਜਿਹਾ ਸ਼ਹਿਰੀ ਬਣ ਜਾਗੇ ਜੀ। ਠੀਕ ਹੈ, ਬਹੁਤ ਵਧੀਆ ਬਲ ਸਾਹਿਬ, ਤੁਸੀਂ ਜੋ ਯਾਦ ਕਰਾ ਰਹੇ ਹੋ ਨਾ, ਮੈਨੂੰ ਇਹ ਵੀ ਯਾਦ ਆ ਰਿਹਾ ਕਿ ਈਵਨ ਸਾਡੇ ਪ੍ਰੋਗਰਾਮ ਤੇ ਜਿਹੜੇ ਮੈਂ ਪੁਰਾਣੇ ਵਿਊਅਰਸ ਹੈ ਉਹਨਾਂ ਨੂੰ ਯਾਦ ਕਰਕੇ ਵੀ ਬੜੀ ਖੁਸ਼ੀ ਮਿਲਦੀ ਹੈ। ਜਿਹੜੇ ਪਹਿਲੇ ਨਾਲੇ ਜੁੜੇ ਹੋਏ ਸੀ ਹੁਣ ਕਈ ਨਾਲ ਜੁੜੇ ਹੋਏ। ਅੱਜ ਕੱਲ ਬੱਚਿਆਂ ਨੂੰ ਪੰਜਾਬ ਜਾਂਦੇ ਪੜ੍ਹਾਈ ਨਹੀਂ ਹੈਗੀ, ਨਸ਼ੇ ਵਧ ਗਏ, ਤੁਸੀਂ ਵੇਖੋ ਇੰਨੇ ਸਹੂਲਤਾਂ ਵਧ ਗਈਆਂ ਪੜ੍ਹਾਈ ਦੀਆਂ। ਹੈਲੋ, ਹਾਂਜੀ ਹਾਂਜੀ ਸੁਣ ਰਿਹਾ। ਕਿੰਨੀਆਂ ਸਹੂਲਤਾਂ ਵਧ ਗਈਆਂ ਤੇ ਜਦੋਂ ਅਸੀਂ ਪੜ੍ਹਦੇ ਸੀਗੇ ਕਾਨੇ ਦੀ ਪੈਨਸ਼ਨ ਕਲਮ ਤੋਂ ਤੁਰੀਦਾ ਸੀਗਾ, ਫਿਰ ਡਰੰਕ, ਫਿਰ ਪੈਨ, ਤੇ ਅੱਜ ਤੁਸੀਂ ਵੇਖ ਲਓ ਵੀ ਬੱਚਿਆਂ ਨੂੰ ਇੰਨੀਆਂ ਸਹੂਲਤਾਂ ਮਿਲ ਗਈਆਂ, ਕਾਰਾਂ, ਮੋਟਰਸਾਈਕਲ, ਬੱਸਾਂ, ਜੇ ਨਹੀਂ ਤੇ ਉਂਗਲ ਫੜ ਕੇ ਛੱਡ ਆਉਂਦੇ, ਇੰਨੇ ਨੇੜੇ ਨੇੜੇ ਸਕੂਲ ਹੋ ਗਏ ਤੇ ਬੱਚੇ ਫਿਰ ਵੀ ਉਹ ਪੜ੍ਹਾਈ ਨਹੀਂ ਕਰ ਸਕਦੇ ਜਿਹੜੀ ਸਲੀਕਾ ਤਰੀਕਾ। ਬਹੁਤ ਵਧੀਆ ਬਲ ਸਾਹਿਬ, ਥੈਂਕ ਯੂ ਸੋ ਮਚ। ਉਹ ਉਹਨਾਂ ਸਕੂਲਾਂ ਚੋਂ ਨਹੀਂ ਸਿੱਖ ਸਕੇ, ਧੰਨਵਾਦ ਤੁਹਾਡਾ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਉਹੀ ਮੈਨੂੰ ਇਹਨਾਂ ਦੀ ਗੱਲ ਤੋਂ ਇਹ ਵੀ ਯਾਦ ਆ ਰਿਹਾ ਕਿ ਕੁਛ 10 ਸਾਲ ਹੋ ਗਏ ਸਾਨੂੰ ਇਕੱਠੇ ਬੈਠਦਿਆਂ, ਮੇਰੇ ਨਾਲ ਹੀ ਜ਼ਿਆਦਾ ਹੋ ਗਏ, ਮਤਲਬ 10 ਪੂਰੇ ਹੋ ਚੁੱਕੇ। ਐਂਡ ਦੈਨ ਈਵਨ ਪਹਿਲੇ ਵਾਲੇ ਵਿਊਅਰਸ ਨੂੰ ਯਾਦ ਕਰਕੇ ਹੀ ਬੜੀ ਖੁਸ਼ੀ ਮਿਲਦੀ ਹੈ ਵੀ ਇਹ ਉਹਨਾਂ ਦਾ ਹਰ ਇੱਕ ਦੀ ਨਾ ਮਿਲਣ ਦੇ ਬਾਵਜੂਦ ਇੱਕ ਪਰਸਨੈਲਿਟੀ, ਇੱਕ ਸਾਰਾ ਕੁਛ ਨਾ ਪਤਾ ਲੱਗਦਾ ਸੀ, ਇੱਕ ਐਸਾ ਪਰਿਵਾਰ ਕਿ ਅਸੀਂ ਉਹਨਾਂ ਨੂੰ ਮਿਸ ਵੀ ਕਰਦੇ ਹਾਂ ਪਰ ਉਹਨਾਂ ਦੀ ਗੱਲ ਯਾਦ ਕੇ ਵੀ ਇਹ ਗੱਲ ਉਹਨਾਂ ਨੇ ਕਹਿਣੀ ਅਤੇ ਉਹ ਗੱਲ ਯਾਦ ਕਰਕੇ ਸਾਨੂੰ ਖੁਸ਼ੀ ਵੀ ਮਿਲਦੀ ਹੈ। ਚਲੋ ਮੈਂ ਹੋਰ ਲੈਂਦੀ ਹਾਂ। ਹੈਲੋ, ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਆਂਟੀ ਜੀ, ਦੱਸੋ ਕੀ ਕਹਿੰਦੇ ਹੋ? ਵਧੀਆ, ਤੁਹਾਡਾ ਵਿਸ਼ਾ ਵਧੀਆ ਹੈ। ਸੋ ਕਿਹੜੀ ਯਾਦ ਅੱਜ ਸ਼ੇਅਰ ਕਰ ਰਹੇ ਹੋ ਆਪਣੀ? ਹਾਂਜੀ, ਕਿਹੜੀ ਯਾਦ, ਕਿਹੜੀ ਮੈਮਰੀ ਸ਼ੇਅਰ ਕਰ ਰਹੇ ਹੋ? ਪਿਛਲੀ ਕਿ ਹੁਣ ਦੀ? ਪਿਛਲੀ ਜਦੋਂ ਤੋਂ ਯੰਗਰ ਏਜ ਦੀ, ਪਹਿਲੇ ਦੀ? ਲੈ ਉਹ ਤਾਂ ਫਿਰ ਜਦੋਂ ਖਾਂਦੇ ਆ ਸਾਡੀ ਹੁਣ ਤੱਕ ਵੀ ਬੇਟੇ ਸੱਚੀ ਦੱਸਾਂ ਤਾਕਤਾਂ ਨੇ, ਹੁਣ ਤੱਕ ਵੀ ਮੈਂ ਸੋਚਦੀ ਹਾਂ ਜਿਵੇਂ ਮਾਵਾਂ ਬਣਾ ਕੇ ਦਿੰਦੀਆਂ ਦੇਸੀ ਖਾਣਾ, ਕਈ ਵਾਰ ਪਤਾ ਕੀ ਕਰਦੀਆਂ ਸੀ ਸਾਡੀਆਂ ਚਾਚੀਆਂ ਸੀ ਦੋ ਤੇ ਮਦਰ ਤਿੰਨ ਇਕੱਠੇ ਸੀ, ਅੱਗੇ ਲੋਕੀ ਬਹੁਤ ਚਿਰ ਇਕੱਠੇ ਰਹਿੰਦੇ ਹੁੰਦੇ ਸੀ ਨਾ, ਤੇ ਉਹਨਾਂ ਨੇ ਗਰਮ ਗਰਮ ਰੋਟੀਆਂ ਲਾਹ ਕੇ ਨਾ ਤੰਦੂਰ ਤੋਂ ਤੇ ਵਿੱਚ ਮੱਖਣ ਪਾ ਕੇ ਤੇ ਸ਼ੱਕਰ ਪਾ ਕੇ ਸਾਨੂੰ ਚੂਰੀਆਂ ਕੁੱਟ ਕੇ ਤੇ ਕੌਲੀਆਂ ਚ ਪਾ ਕੇ ਦੇਣੀਆਂ ਤੇ ਅਸੀਂ ਖਾਣੀ। ਇਹੀ ਤੇ ਯਾਦਾਂ ਪੁੱਛ ਰਹੀਆਂ ਮੈਂ। ਹਾਂਜੀ ਤੇ ਇੰਨੀ ਚੰਗੀ ਲੱਗਣੀ ਬੇਹੀਆਂ ਰੋਟੀਆਂ ਚ ਬਚ ਜਾਣੀਆਂ ਨਾ, ਤੇ ਉਹਨਾਂ ਨੇ ਗਰਮ ਕਰਕੇ ਭੋਰ ਕੇ ਤੇ ਉਹ ਗੁੜ ਦੀ ਚਾਸ਼ਨੀ ਬਣਾ ਕੇ ਵਿੱਚ ਮੱਖਣ ਪਾ ਕੇ ਤੇ ਉਹ ਬਣਾ ਕੇ ਦੇ ਦੇਣਾ। ਵੇਖੋ ਕਿਹੜੇ ਖਾਣੇ ਹੁੰਦੇ ਸੀ ਦੇਸੀ, ਹੈ ਨਾ, ਸਾਗਾਂ ਚ ਮੱਖਣ ਪਾ ਲੈਣਾ, ਦਾਲ ਮਿੱਟੀ ਦੇ ਬਣਾ ਕੇ ਭੜੋਲੀਆਂ ਆ ਰਹੇ ਉਹਨਾਂ ਦਾਲਾਂ ਬਣਾ ਕੇ ਵਿੱਚੇ ਸਾਗ ਪਾ ਕੇ ਵਿੱਚੇ ਮੱਖਣ ਪਾ ਦੇਣਾ, ਉਹ ਇੱਕ ਟੇਸਟੀ ਸੀ। ਉਹਨੂੰ ਉਹਦਾ ਹਾੜ ਕੇ ਹੁਣ ਸੀ ਖਰਾਬ ਹੁੰਦੇ, ਹੈ ਨਾ। ਚਲੋ ਉਹ ਛੱਡੋ, ਤੁਸੀਂ ਆਪਣੀ ਸੋਹਣੀ ਖੂਬਸੂਰਤ ਮੈਮਰੀ ਦੱਸੋ, ਕਿਉਂਕਿ ਜ਼ਮਾਨਾ ਬਦਲ ਗਿਆ। ਉਹੀ ਜਿਵੇਂ ਮੈਂ ਕਹਿ ਰਹੀ ਸੀ ਕਿ ਹੁਣ ਸੋਚ ਵੀ ਨਹੀਂ ਸਕਦੇ ਕਿ ਅਸੀਂ ਯੂ ਨੋ ਚਾਰਪਾਈਆਂ ਬਾਹਰ ਡਾ ਕੇ ਅਸੀਂ ਸੋ ਸਕਦੇ ਹਾਂ, ਪਰ ਉਹਨੂੰ ਸੋਚਣ ਦੀ ਜਗ੍ਹਾ ਜਦੋਂ ਸੋਂਦੇ ਸੀ ਉਹ ਯਾਦ ਕਰਕੇ ਬਹੁਤ ਆਨੰਦ ਆ ਰਿਹਾ। ਬੜਾ ਪੁੱਛੋ ਨਾ, ਜਦੋਂ ਗਰਮੀਆਂ ਹੁੰਦੀਆਂ ਸੀ ਨਾ ਤੇ ਮੱਛਰ ਥੱਲੇ ਉੱਪਰ ਉੱਪਰ ਛੱਤਾਂ ਤੇ ਸੌ ਜਾਣੇ ਮੰਜੇ ਲਾ ਕੇ, ਲਾਲ ਨਾਲ ਕੋਠੇ ਦੀ ਛੱਤਾਂ ਰਲੀਆਂ ਹੁੰਦੀਆਂ ਸੀ, ਸਹੇਲੀਆਂ ਸਾਰੇ ਉਹਦੇ ਗੱਲਾਂ ਕਰਦੀਆਂ ਰਹਿੰਦੀਆਂ ਤੇ ਨੀਂਦ ਕਦੇ ਤੜਕੇ ਜਾ ਕੇ ਆ ਜਾਣੀ, ਤੇ ਥੱਲੇ ਵਿਹੜਿਆਂ ਚ ਮੰਜੇ ਡਾਲ ਲੈਣੇ ਤੇ ਫਿਰ ਦਰਖਤਾਂ ਥੱਲੇ ਛਾਵੇਂ ਦੁਪਹਿਰੇ ਰੋਟੀਆਂ ਤੰਦੂਰ ਦੀਆਂ ਪੱਕੀਆਂ ਖਾ ਕੇ ਲੱਸੀ ਪੀ ਕੇ ਤੇ ਫਿਰ ਦਰਖਤਾਂ ਥੱਲੇ ਸੌਣਾ ਤੇ ਗੂੜੀਆਂ ਨੀਂਦਾਂ ਆ ਜਾਂਦੀਆਂ ਤੇ 4 ਵਜੇ ਜਾ ਕੇ ਨੀਂਦ ਖੁੱਲਦੀ। ਉਹਨਾਂ ਦਿਨਾਂ ਵਿੱਚ ਵਿਅਕਤੀ ਨੇ ਸਿੰਪਲ ਖਾਣੇ ਤੇ ਉਹਨਾਂ ਦਿਨਾਂ ਬੇਟੇ ਦੁੱਖ ਵੀ ਨਹੀਂ, ਤਕਲੀਫਾਂ ਵੀ ਨਹੀਂ ਸੀ ਤੇ ਉਮਰਾਂ ਵੀ ਲੋਕਾਂ ਦੀਆਂ ਲੰਬੀਆਂ ਸੀ, ਕਿਉਂ ਦੇਸੀ ਦੇਸੀ ਫੂਡ ਸੀ, ਦੇਸੀ ਰਹਿਣਾ, ਦੇਸੀ ਹਵਾ, ਦੇਸੀ ਕੱਪੜੇ ਪਏ। ਹੋਰ ਕੋਈ ਆਪਣੀ ਕੋਈ ਜਿਹੜੀ ਤੁਹਾਡੀ ਚਿਹਰੇ ਤੇ ਮੁਸਕਾਨ ਲਿਆਵੇ ਇਹੋ ਜੀ ਕੋਈ ਹੋਰ ਯਾਦ ਮੇਰੇ ਨਾਲ ਸ਼ੇਅਰ ਕਰੋ। ਇਹ ਤੇ ਹੋ ਗਈ ਉਹਦੇ ਨੇੜੇ ਦੀ, ਹੋਰ ਕਿਹੜੀ ਚੀਜ਼ ਹੈ ਜਿਹੜੀ ਧਿਆਨ ਆ ਰਹੀ ਹੈ ਮੈਨੂੰ? ਪਿਛਲੀ, ਹਾਂਜੀ, ਜਦੋਂ ਮੇਰੀਆਂ ਚਾਚੀਆਂ ਸੀ ਨਾ, ਹਾਂਜੀ, ਸਾਨੂੰ ਕਹਿੰਦੀਆਂ ਸੀ
ਉੱਠੋ ਪੁੱਤਰ ਨਹਾ ਲਓ ਤੇ ਤੁਹਾਨੂੰ ਅਸੀਂ ਪਰੌਠਾ ਬਣਾ ਦਈਏ ਮੱਖਣ ਦੇ ਨਾਲ। ਅਸੀਂ ਇੰਨਾ ਮੁਸਕਰਾਉਣ ਚ ਹੱਸਦੀਆਂ ਵੀ ਅਸੀਂ ਕੁਛ ਵੀ ਨੀ ਕਰਦੀਆਂ ਤੇ ਸਾਨੂੰ ਸੁੱਤੀਆਂ ਨੂੰ ਸਾਨੂੰ ਵਾਜਾਂ ਚਾਚੀਆਂ ਮਾਵਾਂ ਮਾਰਦੀਆਂ। ਉੱਠੋ ਤੁਸੀਂ ਨਹਾ ਲਓ, ਤੁਹਾਨੂੰ ਅਸੀਂ ਆਹ ਬਣਾ ਕੇ ਦਈਏ, ਤੁਸੀਂ ਖਾ ਲਓ ਤੇ ਅਸੀਂ ਨਾਲੇ ਹੱਸਣਾ ਨਾਲੇ ਖਾਣਾ। ਸਾਡੇ ਮੂੰਹ ਤੇ ਮੁਸਕਰਾਉਣ ਆਉਣੀ ਕਿ ਨਾ ਆਉਣੀ, ਜਿਹਨਾਂ ਨੂੰ ਚੰਗੇ ਚੋਸੇ ਮਿਲ ਜਾਂਦੇ ਤੇ ਵਾਜਾਂ ਮਾਰ ਕੇ ਉਠਾ ਦਿੰਦੇ। ਤੇ ਤੁਸੀਂ ਬੈਠੇ ਇਹੀ ਕਰੋ, ਥੋੜਾ ਥੋੜੀ ਤੁਹਾਡੇ ਗੱਲ ਚ ਕੁਰਕਰੀ ਜਿਹੀ ਹੈ ਨਾ, ਰਾਤ ਨੂੰ ਹਲਦੀ ਵਾਲ ਦੁੱਧ ਉਬਾਲ ਕੇ ਨਾ ਥੋੜਾ ਸ਼ਹਿਦ ਥੋੜਾ ਘਿਓ ਪਾ ਕੇ ਸੌਂ ਜਾਓ, ਪੀ ਕੇ ਪਾਣੀ ਨਾਲ ਪੀਓ, ਤੁਹਾਡਾ ਗਲਾ ਬਿਲਕੁਲ ਸਾਫ਼ ਹੋ ਜਾਏਗਾ। ਠੀਕ ਹੈ ਜੀ। ਤੇ ਇਹ ਪਿਛਲੀਆਂ ਚੀਜ਼ਾਂ ਜਿਹੜੀਆਂ ਮਾਵਾਂ ਦਿੰਦੀਆਂ ਸੀ ਨਾ, ਉਹ ਅੱਜ ਕੱਲ ਦੀਆਂ ਸਾਡੇ ਕੰਮ ਆਉਂਦੀਆਂ ਨੇ। ਬਹੁਤ ਵਧੀਆ, ਥੈਂਕ ਯੂ ਸੋ ਮਚ, ਥੈਂਕ ਯੂ ਆਂਟੀ। ਮੈਨੂੰ ਯਾਦ ਆ ਰਿਹਾ ਜਿਵੇਂ ਹੀ ਇਹਨਾਂ ਨੇ ਕਿਹਾ ਨਾ ਮਾਵਾਂ ਦਿੰਦੀਆਂ ਸੀ, ਵਾਕਈ ਮੈਨੂੰ ਚੂਰੀ ਕਿਉਂ ਨਹੀਂ ਯਾਦ ਰਹੀ, ਮੇਰਾ ਗਲਾ ਦੁੱਖ ਰਿਹਾ ਸੀ, ਮੈਨੂੰ ਚੂਰੀ ਨਹੀਂ ਯਾਦ ਰਹੀ। ਪਰ ਮੰਮਾ ਚੂਰੀ ਇੰਨੀ ਵਧੀਆ ਬਣਾ ਕੇ ਦਿੰਦੇ ਹੁੰਦੇ ਸੀ, ਈਵਨ ਜਦੋਂ ਇੱਥੇ ਆਏ ਹੋਏ ਸੀ ਯੂ ਨੋ 2013-14 ਦੇ ਵਿੱਚ, ਤਾਂ ਵੀ ਥੋੜ੍ਹਾ ਜਿਹਾ ਕੁਛ ਹੋਣਾ ਨਾ, ਮੈਨੂੰ ਲੱਗਣਾ ਕਿ ਹਾਂ ਕੁਛ ਨਹੀਂ ਚੰਗੇ ਭਲੇ ਅਸੀਂ ਹੋਣਾ, ਤਾਂ ਵੀ ਕਿ ਮੰਮਾ ਚੂਰੀ ਬਣਾ ਦਿਉ। ਐਂਡ ਉਹ ਕਰਕੇ ਘਿਓ ਕਾਲੀ ਮਿਰਚ ਪਾ ਕੇ, ਐਂ ਲੱਗਦਾ ਸੀ ਪੋਟੇ ਸੜਦੇ ਪਏ ਨੇ, ਪਰ ਬਣਾ ਕੇ ਫਟਾਫਟ ਉਹਨਾਂ ਨੇ ਦੇਣਾ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਹੈ, ਇਹਨਾਂ ਨੂੰ ਪੁੱਛਦੇ ਆ। ਹੈਲੋ, ਮੈਨੂੰ ਆਪਣੇ ਫਾਦਰ ਦੀ ਇਹ ਗੱਲ ਯਾਦ ਹੈ, ਜਦੋਂ ਦੀਵਾਲੀ ਤੋਂ ਪਹਿਲਾ ਦਿਨ ਹੁੰਦਾ ਸੀ ਨਾ, ਪੰਜ ਭੈਣ ਭਰਾ ਸੀ, ਸਾਨੂੰ ਸਾਰਿਆਂ ਨੂੰ ਲੈ ਕੇ ਉਹ ਜਾਂਦੇ ਸੀ ਤੇ ਬਾਟਾ ਸ਼ੂ ਸਟੋਰ ਤੇ ਜਾ ਕੇ ਸਾਡੇ ਸਾਰਿਆਂ ਲਈ ਨਵੀਂ ਜੁੱਤੀ ਖਰੀਦੇ ਹੁੰਦੇ ਸੀ। ਮੈਨੂੰ ਮੈਂ ਕਿਹਾ ਕਦੀ ਨੀ ਭੁੱਲਣਾ ਉਹ ਕਿੰਨੇ ਸਾਲ ਤੱਕ। ਫਿਰ ਉਹ ਜਦੋਂ ਅਸੀਂ ਥੋੜੇ ਵੱਡੇ ਹੋ ਗਏ, ਕਾਲਜ ਵਗੈਰਾ ਜਾਣ ਲੱਗ ਗਏ, ਤੇ ਅਸੀਂ ਫਿਰ ਕਹਿੰਦੇ ਅਸੀਂ ਹੁਣ ਇਹ ਵਾਲੀਆਂ ਜੁੱਤੀਆਂ ਨੀ ਪਾਣੀਆਂ, ਅਸੀਂ ਹੁਣ ਸੈਂਡਲ ਪਾਣੇ ਆ, ਉਹ ਕੁਛ ਉੱਚੀ ਹੀਲ ਵਾਲੀ ਜੁੱਤੀ ਪਾਣੀ ਹੈ। ਤੇ ਫਿਰ ਵੀ ਉਹ ਹਮੇਸ਼ਾ ਸਾਡੇ ਨਾਲ ਜਾਂਦੇ ਸੀ, ਜਦੋਂ ਵੀ ਅਸੀਂ ਜੁੱਤੀ ਖਰੀਦਣ ਜਾਂਦੇ ਸੀ ਉਹ ਸਾਡੇ ਨਾਲ ਜਾਂਦੇ ਹੁੰਦੇ ਸੀ। ਸੋ ਸਵੀਟ। ਔਰ ਦੇਖੋ ਉਹ ਮੈਮਰੀ ਭਾਵੇਂ ਟ੍ਰੈਡੀਸ਼ਨ ਹੀ ਬਣ ਗਈ, ਟ੍ਰੈਡੀਸ਼ਨ ਬਣ ਗਈ। ਹਾਂ, ਇੱਥੇ ਵੀ ਉਹ ਮੈਂ ਆਪਣੀਆਂ ਬੇਟੀਆਂ ਨੂੰ ਵੀ ਦੱਸਦੀ ਸੀ, ਮੈਂ ਕਿਹਾ ਤੇ ਉਹ ਮੈਨੂੰ ਕਹਿੰਦੀਆਂ ਸੀ ਮਾਮ ਸੋ ਤੂੰ ਸਾਡੇ ਲਈ ਨਹੀਂ ਇਸ ਤਰ੍ਹਾਂ ਕੀਤਾ ਕਿ ਤੂੰ ਦਿਓ। ਮੈਂ ਕਿਹਾ ਉੱਥੇ ਸਾਨੂੰ ਅਸੀਂ ਦੇਖਦੇ ਹੁੰਦੇ ਸੀ ਉਸ ਦਿਨ ਨੂੰ ਕਿ ਸਾਨੂੰ ਅੱਜ ਨਵੀਂ ਜੁੱਤੀ ਮਿਲਣੀ ਹੈ। ਮੈਂ ਕਿਹਾ ਇੱਥੇ ਤੇ ਜੁੱਤੀ ਤੁਸੀਂ ਐਵਰੀ ਅਦਰ ਡੇ ਤੁਸੀਂ ਨਵੀਂ ਜੁੱਤੀ ਖਰੀਦਦੇ ਹੋ। ਦੈਟ ਇਜ਼ ਟਰੂ। ਉਹ ਮੈਨੂੰ ਵੀ ਰਿਮਾਈਂਡ ਕਰਾ ਰਿਹਾ ਕਿ ਜਦੋਂ ਅਸੀਂ ਬਹੁਤ ਛੋਟੇ ਸੀ ਨਾ, ਮੈਨੂੰ ਲੱਗਦਾ ਕਿ ਸਾਲ 'ਚ ਇੱਕ ਜਾਂ ਦੋ ਵਾਰੀ ਨਾ ਨਵੀਂ ਫਰੋਕ ਮਿਲਦੀ ਸੀ। ਦੇਖੋ ਵਾਕ ਇਨ ਕਲੋਜ਼ਟਸ ਰੱਖੀਆਂ ਹੋਈਆਂ ਔਰ ਪੰਜ ਪੰਜ ਛੇ ਛੇ ਦੂਸਰਿਆਂ ਕਲੋਜ਼ਟਸ ਆ, ਫਿਰ ਕਿੰਨੇ ਕਿੰਨੇ ਡਰੈਸਰ ਰੱਖੇ ਹੋਏ ਜੁੱਤੀਆਂ ਲਈ ਵੀ ਕਿੰਨੇ ਉਹ ਤੁਸੀਂ ਸ਼ੂ ਰੈਕ ਰੱਖੇ ਹੋਏ ਆ। ਮੈਂ ਕਿਹਾ ਸਾਡੀਆਂ ਦੋ ਜੁੱਤੀਆਂ ਹੁੰਦੀਆਂ ਸੀ, ਇੱਕ ਘਰ ਪਾਉਣ ਲਈ ਤੇ ਇੱਕ ਬਾਹਰ ਪਾਉਣ ਲਈ, ਬਸ। ਸਹੀ ਹੈ, ਥੈਂਕ ਯੂ ਸੋ ਮਚ ਫਾਰ ਸ਼ੇਅਰਿੰਗ ਦਿਸ। ਬਹੁਤ ਅੱਛਾ ਲੱਗਿਆ, ਬਿਕੋਜ਼ ਵਾਕਈ ਉਹ ਜਿਹੜੀ ਸਿੰਪਲਿਸਿਟੀ ਧਿਆਨ ਆ ਰਹੀ ਹੈ ਨਾ ਮੈਮਰੀ ਯਾਦ ਕਰਕੇ, ਔਰ ਕਿ ਮੁਸਕਾਨ ਖਾਲੀ ਉਹ ਸ਼ੂਜ਼ ਦੀ ਨਹੀਂ ਹੈ, ਸ਼ੂਜ਼ ਦੀ ਟ੍ਰੈਡੀਸ਼ਨ ਦੀ ਹੈ ਕਿ ਹਰ ਵਾਰੀ ਪਿਓ ਨੇ ਨਾਲ ਜਾਣਾ, ਫਾਦਰ ਸਾਹਿਬ ਨੇ ਨਾਲ ਜਾਣਾ ਕਿ ਹਾਂਜੀ ਯੂ ਨੋ ਤੁਹਾਡਾ ਉਹ ਵਾਲਾ ਦਿਨ, ਸੋ ਯੂ ਲੁੱਕ ਫੋਰਵਰਡ ਟੂ ਦੈਟ ਡੇ। ਸੋ ਸਹੀ ਕਹਿੰਦੇ ਨੇ ਕਿ ਅੱਜ ਕੱਲ੍ਹ ਵਾਲੇ ਬੱਚੇ ਫਿਰ ਉਹ ਹੀ ਸਿਮਿਲਰ ਤਾਂ ਨਹੀਂ ਲੈ ਸਕਦੇ, ਕਿਉਂਕਿ ਹਰ ਰੋਜ਼ ਹੀ ਇੱਕ ਐਮਾਜ਼ੋਨ ਪੈਕਟ ਘਰ ਆ ਰਿਹਾ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਕਸ਼ਮੀਰ ਬੋਲਦੀ ਹਾਂ, ਸਿਆਟਲ ਤੋਂ। ਹਾਂਜੀ ਕਸ਼ਮੀਰ ਜੀ, ਸਵਾਗਤ ਹੈ, ਦੱਸੋ। ਥੈਂਕ ਯੂ ਥੈਂਕ ਯੂ। ਮੈਂ ਤੁਹਾਡੀਆਂ ਗੱਲਾਂ ਸੁਣਦੀ ਪਈ ਸੀ ਤੇ ਮੈਨੂੰ ਨਾ ਮੇਰੇ ਕਿਸੇ ਕੁਲੀਗ ਨੇ ਲਿਖ ਕੇ ਭੇਜਿਆ ਹੋਇਆ ਸੀ ਮੇਰੇ ਵਟਸਐਪ ਤੇ, ਹਾਂਜੀ, ਵੀ ਅਮਰੀਕਾ ਕੈਨੇਡਾ ਵਾਲਿਓ ਜਿੰਨੇ ਮਰਜ਼ੀ ਅਮੀਰ ਹੋ ਜਾਓ ਕੋਠੇ ਤੇ ਮੰਜੀਆਂ ਨਹੀਂ ਡਾਹ ਸਕਦੇ ਤੁਸੀਂ। ਸਹੀ ਹੈ, ਉਹ ਤਾਂ ਮੈਨੂੰ ਪਤਾ ਨਹੀਂ ਹੁਣ ਉੱਥੇ ਵੀ ਡਾਂਦੇ ਆ ਕਿ ਨਹੀਂ, ਆਈ ਐਮ ਨੋਟ ਸ਼ੋਰ। ਬਿਲਕੁਲ, ਤੇ ਅਸੀਂ ਅਰਵਿੰਦ ਜੀ ਇੱਥੇ ਲਿਆ ਕੇ ਪਾਵੇ ਇੰਡੀਆ ਤੋਂ ਇੱਥੇ ਦੋ ਤਿੰਨ ਮੰਜੇ ਆਪ ਬਣਾ ਲਏ ਆ, ਤੇ ਬੱਚੇ ਇੰਨੇ ਖੁਸ਼ ਹੁੰਦੇ ਆ, ਦੋ ਨੇ ਤਾਂ ਚੱਕ ਕੇ ਉੱਪਰ ਮਾਸਟਰ ਬੈਡਰੂਮ ਦੇ ਵਿੱਚ ਚੜਾ ਲਏ ਆ। ਓ ਵਾਓ, ਮੈਨੂੰ ਤਾਂ ਇੰਨੀ ਖੁਸ਼ੀ ਹੁੰਦੀ ਹੈ ਕਿ ਬਾਹਰ ਗਜ਼ੀਬੋ ਦੇ ਵਿੱਚ ਰੱਖਿਆ ਹੋਇਆ, ਅੱਛਾ ਜੀ, ਰੰਗ ਬਿਰੰਗਾ ਮੰਜਾ ਬੁਣ ਕੇ, ਤੇ
ਜਿਹੜਾ ਵੀ ਬਾਹਰੋਂ ਆਉਂਦਾ ਪਹਿਲਾਂ ਮੰਜੇ ਤੇ ਬਹਿੰਦਾ, ਮੰਜੇ ਤੇ ਲੰਮਾ ਪੈਂਦਾ, ਰੋਟੀ ਬੱਚੇ ਸ਼ਾਮ ਨੂੰ ਉਹਦੇ ਉੱਤੇ ਮੰਜੇ ਤੇ ਬਹਿ ਕੇ ਖਾਂਦੇ। ਮੈਨੂੰ ਇਹ ਬੜੀ ਖੁਸ਼ੀ ਹੈ ਕਿ ਚਲੋ ਇਹਨਾਂ ਨੂੰ ਮੰਜਿਆਂ ਬਾਰੇ ਤਾਂ ਪਤਾ ਲੱਗਾ। ਸ਼ੁਕਰ ਹੈ, ਦੈਟਸ ਵੈਰੀ ਗੁੱਡ, ਤੁਸੀਂ ਉਹਨੂੰ ਯੂ ਨੋ ਰੱਖਿਆ, ਕਿਉਂਕਿ ਮੰਜਾ ਵਰਡ ਸ਼ਾਇਦ ਅੱਜ ਕੱਲ੍ਹ ਬੱਚਿਆਂ ਨੂੰ ਸਮਝਾਉਣਾ ਪੈ ਜਾਏਗਾ। ਨਹੀਂ ਉਹਨਾਂ ਨੂੰ ਬੜਾ ਪਸੰਦ ਆ। ਤੇ ਮੈਂ ਦੇਖਿਆ ਜਦੋਂ ਮੇਰਾ ਬੇਟਾ ਵੀ ਨਾ ਬਾਹਰੋਂ ਜਦੋਂ ਕੰਮ ਤੋਂ ਸ਼ਾਮ ਨੂੰ 5:30 ਆਉਂਦਾ ਆ ਜੀ, ਮੈਂ ਨੋਟ ਕਰਦੀ ਆ 2 ਮਿੰਟ ਲਈ ਮੰਜੇ ਤੇ ਲੰਮਾ ਪਊਗਾ, ਮੰਜੇ ਦੀ ਚੀਜ਼ ਹੀ ਐਸੀ ਉਹਨੂੰ 2 ਮਿੰਟ ਦੇ ਵਿੱਚ ਇੰਨੀ ਗੂੜੀ ਨੀਂਦ ਸੌ ਜਾਂਦਾ ਨਾ, ਕਹਿੰਦਾ ਮੈਨੂੰ ਓਦਾਂ ਮੈਨੂੰ ਨੀਂਦ ਨੀ ਆਊਗੀ ਗੱਤਿਆਂ ਤੇ, ਉਹ ਨੀਂਦ ਨੀ ਆਉਂਦੀ ਜਿਹੜੀ ਤੁਹਾਨੂੰ ਮੰਜੇ ਤੇ ਆਉਂਦੀ ਆ। ਕੀ ਬਾਤ, ਤੇ ਕੁਛ ਹੋਈ ਨਾ, ਅਸੀਂ ਐਸੋਸੀਏਟ ਕੀਤਾ ਹੋਇਆ ਬਹੁਤ ਜ਼ਿਆਦਾ ਹੈਗੀ ਆ। ਜਿੱਦਾਂ ਘਰਾਂ ਦੇ ਵਿੱਚ ਮੰਜੇ ਜਦੋਂ ਡਾਉਣੇ ਤਾਂ ਇਹ ਲੜਾਈ ਹੋਣੀ ਬੱਚਿਆਂ ਦੀ ਵੀ ਕੂਲਰ ਦੇ ਮੋਹਰੇ ਜਾਂ ਫਰਾਟੇ ਦੇ ਮੋਹਰੇ ਮੈਂ ਮੰਜਾ ਡਾਉਣਾ, ਤੇ ਆਪਣੀਆਂ ਛੱਤਾਂ ਦੇ ਉੱਤੇ ਨਾਲ ਨਾਲ ਕੋਠੇ ਜੁੜੇ ਹੋਏ ਹੁੰਦੇ ਸੀ ਸਾਰੇ ਘਰ ਦਾ, ਸਾਰੇ ਆਪਣੇ ਆਪਣੇ ਛੱਤਾਂ ਦੇ ਉੱਤੇ ਇੱਕ ਦੂਜੇ ਨਾਲ ਸਾਰੇ ਗੱਲਾਂ ਕਰਦੇ ਹੁੰਦੇ ਸੀ। ਜੀ 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 ਬਿਲਕੁਲ ਬਿਲਕੁਲ, ਬਹੁਤ ਵਧੀਆ ਲੱਗਦਾ ਸੀ। ਤੇ ਅੱਜ ਜੂਨ ਦੀਆਂ ਛੁੱਟੀਆਂ ਹੋਣੀਆਂ ਤੇ ਸਾਡੇ ਆਪਣੇ ਬਾਗਾਂ ਦੇ ਅੰਬਾਂ ਦੇ ਬਾਗਾਂ ਦੇ ਵਿੱਚ ਹੋਰ ਵੀ ਜਿੱਦਾਂ ਸਾਡੇ ਹੁਸ਼ਿਆਰਪੁਰ ਚ ਬਾਗ ਬਹੁਤ ਹੈਗੇ ਆ, ਤੇ ਹੋਰ ਵੀ ਮਾਸੀਆਂ ਮਾਮੀਆਂ ਦੇ ਬੱਚੇ ਆ ਜਾਣੇ ਉੱਥੇ, ਤੇ ਉੱਥੇ ਪੀਂਘਾਂ ਪਾਉਣੀਆਂ ਬਾਗਾਂ ਦੇ ਵਿੱਚ ਤੇ ਉੱਥੇ ਮੰਜੀਆਂ ਰੱਖੀਆਂ ਹੋਣੀਆਂ, ਰੋਟੀ ਸਾਡੀ ਉੱਥੇ ਪਹੁੰਚਣੀ, ਉੱਥੇ ਸਕੂਲ ਦਾ ਕੰਮ ਕਰਨਾ, ਉਹ ਬਹੁਤ ਯਾਦ ਆਉਂਦਾ ਹੈ। ਇਕੱਠੇ ਹੋ ਕੇ ਬੈਠਣਾ ਅੰਬਾਂ ਦਾ ਪੇੜ ਤੇ, ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ, ਬੜਾ ਅੱਛਾ ਲੱਗਿਆ, ਬੜਾ ਅੱਛਾ ਲੱਗਿਆ ਗੱਲ ਕਰਕੇ। ਔਰ ਕੋਈ ਇੱਕ ਅੰਬਾਂ ਦੇ ਪੇੜ ਦੀ ਮੈਨੂੰ ਸਕੂਲ ਦੇ ਯਾਦ ਹੈ ਕਿ ਸਾਡੇ ਸਕੂਲ ਦੇ ਬੜੇ ਸਾਰੇ ਅੰਬ ਦੇ ਪੇੜ ਹੁੰਦੇ ਸੀ, ਹੁਣ ਆਏ ਨੋ ਮੈਂ ਜਾਂਦੀ ਹਾਂ ਉਹ ਏਰੀਆ ਬਿਲਕੁਲ ਡਿਫਰੈਂਟ ਹੋ ਗਿਆ, ਪਰ ਸਕੂਲ ਦੇ ਅੰਦਰ ਇੰਨੀ ਅੰਬੀਆਂ ਔਰ ਅੰਬੀਆਂ ਗਿਰਨੀਆਂ ਔਰ ਉਹ ਅੰਬੀਆਂ ਨਾ ਅਸੀਂ ਮਤਲਬ ਕਲੈਕਟ ਕੀਤੀਆਂ ਹੋਣੀਆਂ ਕਿ ਕਿਹਨੂੰ ਮਿਲੀ ਆ ਅੰਬੀ ਅਤੇ ਕੱਚੀ ਅੰਬੀ ਅਤੇ ਉਹ, ਸੋ ਉਹ ਵੀ ਬੜੀ ਮਜ਼ੇਦਾਰ ਯਾਦਾਂ ਸਾਡੇ ਕੋਲ ਹੈਗੀਆਂ। ਲੈਟ ਸੀ ਹੋਰ ਕੀ ਕਹਿ ਰਹੇ ਨੇ, ਇੱਕ ਹੋਰ ਕਾਲ ਲੈ ਲੈਂਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਹਰਿੰਦਰ ਜੀ, ਸਵਾਗਤ ਹੈ, ਦੱਸੋ। ਹਾਂਜੀ ਅੰਜੇ, ਮੈਂ ਤੁਸੀਂ ਮੈਨੂੰ ਹੋਸਟਲ ਲਾਈਫ ਯਾਦ ਕਰਾ ਦਿੱਤੀ। ਆਈ ਨੋ ਹੋਸਟਲ ਵੀ ਸੀ, ਹਾਂਜੀ, ਸ਼ਾਮ ਨੂੰ 6 ਵਜੇ ਤੋਂ ਬਾਅਦ ਸਾਡਾ ਉਹ ਬੰਦ ਹੋ ਜਾਂਦਾ ਸੀ, ਦ ਸਟੂਡੈਂਟਸ ਕੈਨ ਨਾਟ ਗੋ ਆਊਟ, ਤੇ ਅਸੀਂ ਸ਼ਾਮ ਨੂੰ ਰੋਟੀ ਖਾ ਕੇ ਰਿਕਸ਼ਾ ਕਰਨਾ ਤੇ ਰਿਕਸ਼ੇ ਤੇ ਬੈਠ ਕੇ ਸਾਰੇ ਕੈਂਪਾ ਕੋਲਾ ਪੀਣ ਜਾਂਦੇ ਸੀ, ਉਦੋਂ ਕੈਂਪਾ ਕੋਲਾ ਦਾ ਬੜੀ ਕਰੇਜ਼ ਸੀ, ਅਸੀਂ ਕੈਂਪਾ ਕੋਲ ਪੀਣ ਚਲ ਜਾਣਾ, ਗੇਟ ਬੰਦ ਹੋ ਜਾਣਾ, ਹੁਣ ਅਸੀਂ ਅੰਦਰ ਕਿਵੇਂ ਆਈਏ, ਅਸੀਂ ਨੌਕ ਕਰਨਾ ਤੇ ਵਾਚਮੈਨ ਨੇ ਜੋ ਦਰਵਾਜ਼ਾ ਖੋਲਣਾ, ਅਸੀਂ ਛੋਟੇ ਉਦੋਂ ਅਸੀਂ ਉਹਨਾਂ ਨੇ ਪਟਾ ਕੇ ਰੱਖਿਆ ਹੁੰਦਾ ਸੀ, ਅਸੀਂ ਉਹਨਾਂ ਨੂੰ ਕਹਿਣਾ ਕਹਿ ਦੇ ਕਿ ਟੈਲੀਗ੍ਰਾਮ ਵੱਲ ਲੈ, ਉਦੋਂ ਟੈਲੀਗ੍ਰਾਮ ਨਹੀਂ ਆਉਂਦੀਆਂ ਸੀ, ਟੈਲੀਗ੍ਰਾਮ ਵੱਲ ਲੈ ਗਏ, ਵਾਰਡਨ ਨੇ ਪੁੱਛਣਾ ਵੀ ਦੇ ਕੌਣ ਹੈ, ਉਹਨੇ ਜਵਾਬ ਦੇਣਾ ਮੈਡਮ ਇਹ ਟੈਲੀਗ੍ਰਾਮ ਵੱਲ ਹੈ, ਅਸੀਂ ਆਰਾਮ ਨਾਲ ਚੁੱਪ ਕਰਕੇ ਅੰਦਰ ਵੜ ਜਾਣਾ। ਹੁਣ ਅਸੀਂ ਅਗਰ ਇਹ ਗੱਲਾਂ ਯਾਦ ਕਰਦੇ ਹਾਂ ਕਿ ਅਸੀਂ ਕਿਵੇਂ ਵਾਰਡਨ ਨੂੰ ਬੇਵਕੂਫ ਬਣਾਉਂਦੇ ਸੀ, ਕਿਵੇਂ ਅਸੀਂ ਕੈਂਪਾਂ ਕੋਲ ਪੀਣਾ ਜਾਂਦੇ ਸੀ, ਸੋ ਇਟ ਗਿਵਸ ਅਸ ਸੋ ਮਚ ਪਲੇਅਰ ਟੂ ਰਿਮੈਂਬਰ ਆਲ ਦੋਸ ਥਿੰਗਸ। ਬਟ ਕਿੰਨੀਆਂ ਸਿੰਪਲ ਚੀਜ਼ਾਂ ਹੈ ਨਾ, ਪਰ ਲੱਗਦਾ ਕਿ ਹਾਂ ਬਈ ਅਸੀਂ ਵੀ ਆਪਣੇ ਟਾਈਮ ਤੇ ਕੁਝ ਕੀਤਾ ਹੈ। ਕੀਤਾ ਕੀਤਾ, ਹਾਂਜੀ, ਔਰ ਪੀਜੀਟੀ ਜਿਹੜੇ ਪੀਜੀ ਦੇ ਪੋਸਟ ਗ੍ਰੈਜੂਏਟ ਸਟੂਡੈਂਟ ਸੀ, ਉਹਨਾਂ ਨੂੰ ਅਲਾਊਡ ਸੀ ਕਿ ਲਾਇਬ੍ਰੇਰੀ ਜਾ ਸਕਦੇ ਸੀ, ਕਹਿਣਾ ਜੀ ਅਸੀਂ ਚੱਲੇ ਹਾਂ ਲਾਇਬ੍ਰੇਰੀ, ਤੇ ਗਰੁੱਪ ਦਾ ਗਰੁੱਪ ਪੂਰਾ ਡਿਪਾਰਟਮੈਂਟ ਨਿਕਲ ਜਾਣਾ ਚਲਾ ਜਾਂਦਾ ਸੀ, ਰੀਅਲੀ ਇਟ ਵਾਸ ਸੋ ਫਨਫੁਲ। ਯਾ, ਸੋ ਹੁਣ ਅਸੀਂ ਯਾਦ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਕਿ ਵੀ ਇੰਜੋਇਡ, ਯਾ ਵੀ ਇੰਜੋਇਡ, ਦੈਟਸ ਸੋ ਗਿਵਸ ਹੈਪੀਨੈਸ ਟੂ ਆਵਰ ਫੇਸਿਸ ਵੈਨ ਵੀ ਰਿਮੈਂਬਰ ਦੋਸ ਥਿੰਗਸ। ਬਿਲਕੁਲ ਬਿਲਕੁਲ, ਸੋ ਮਤਲਬ ਹਰਿੰਦਰ ਜੀ ਕਿੰਨੀ ਇਹ ਗੱਲ ਹੈ ਨਾ ਕਿ ਜੋ ਵੀ ਸਾਡੀਆਂ ਯਾਦਾਂ ਜਿਹੜੀਆਂ ਖੁਸ਼ੀ ਲਿਆਂਦੀਆਂ, ਕਿੰਨੇ ਸਿੰਪਲ ਜੇ ਜਾਂ ਤਾਂ ਕੁਛ ਨਟਖਟ ਕਿੱਪਣਾ ਜੋ ਕੀਤਾ ਹੋਏ, ਜਾਂ ਫਿਰ ਜਿਹੜੇ ਗਰੁੱਪ ਦੇ ਵਿੱਚ ਫਰੈਂਡਸ ਵਿੱਚ ਫੈਮਿਲੀ ਵਿੱਚ ਜਿਹੜੀ ਇਮੋਸ਼ਨ ਸ਼ੇਅਰ ਕੀਤੀ ਹੋਏ, ਸਾਂਝਾਪਨ ਸ਼ੇਅਰ ਕੀਤਾ ਹੋਏ, ਪਤਾ ਸਟੂਡੈਂਟ ਲਾਈਫ ਤੁਸੀਂ ਯੂ ਆਰ ਯੰਗ, ਤੇ ਤੁਸੀਂ ਇੰਜੋਏ ਕਰਦੇ ਸੀ, ਸ਼ਰਾਰਤਾਂ ਕਰਕੇ ਤੁਹਾਨੂੰ ਚੰਗਾ ਲੱਗਦਾ ਸੀ, ਤੇ ਹੈ ਬੜੀਆਂ ਹੈਲਦੀ ਸ਼ਰਾਰਤਾਂ ਸੀ, ਗਰੁੱਪ ਦਾ ਗਰੁੱਪ ਇਕੱਠਾ ਜਾਣਾ, ਗਰੁੱਪ ਦਾ ਗਰੁੱਪ ਇੰਜੋਏ ਕਰਨਾ, ਤੇ ਵਾਰਡਨ ਨੂੰ ਬੇਵਕੂਫ ਬਣਾਉਣਾ। ਬਹੁਤ ਵਧੀਆ, ਦੈਟਸ ਸੋ ਗੁੱਡ ਟੂ ਹੇਅਰ ਫਰੋਮ ਯੂ, ਬਿਕੋਜ਼ ਨੋਇੰਗ ਕਿ ਤੁਸੀਂ ਟੀਚਰ ਰਿਟਾਇਰ ਹੋ ਰਹੇ ਹੋ, ਸੋ ਯੂ ਨੋ ਤੁਸੀਂ ਵੀ ਆਪਣੇ ਟਾਈਮ ਤੇ ਪੂਰਾ ਕੰਮ ਕੀਤਾ ਹੈ, ਸੋ ਸਾਨੂੰ ਬੱਚਿਆਂ ਨੇ ਬੇਵਕੂਫ ਬਣਾਇਆ ਹੋਣਾ ਹੈ। ਸਹੀ ਹੈ, ਥੈਂਕ ਯੂ ਸੋ ਮਚ ਫਾਰ ਕਾਲਿੰਗ, ਓਕੇ ਥੈਂਕ ਯੂ ਜੀ, ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰੇ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਮਤਲਬ ਹੈਲੋ, ਕਿ ਆਪਣਾ ਹਾਂਜੀ ਸਤਿ ਸ਼੍ਰੀ ਅਕਾਲ, ਕੋਈ ਚਾਚੇ ਮਾਮੇ
ਕੋਈ ਚਾਚੇ ਮਾਮੇ ਤਾਏ ਨਹੀਂ ਬਣੇ। ਹੈਲੋ ਅਮਰੀਤ, ਮੈਨੂੰ ਕਾਲ ਕਰੀ। ਸਤਿ ਸ਼੍ਰੀ ਅਕਾਲ ਜੀ। ਸੁਦਰਸ਼ਨ ਜੀ ਨੂੰ ਬਿਲਕੁਲ ਨਹੀਂ ਪਤਾ ਲੱਗ ਰਿਹਾ ਕਿ ਮੈਂ ਉਹ ਕਾਲ ਤੇ ਆ। ਮੈਨੂੰ ਅੱਜ ਰਾਤ ਨੂੰ ਕਾਲ ਕਰੀ ਵੀ ਉਹਦੀ ਸਵੇਰ ਹੋਈ ਸੀ। ਚਲੋ ਉਹਨਾਂ ਦੀ ਗੱਲ ਦੂਜੇ ਪਾਸੇ ਹੋ ਰਹੀ ਹੈ। ਹੈਲੋ ਸੁਦਰਸ਼ਨ ਜੀ, ਸੁਦਰਸ਼ਨ ਜੀ ਕੀ ਹਾਲ ਹੈ ਤੁਹਾਡਾ? ਪਲੀਜ਼ ਕਾਲ ਬੈਕ ਕਰੋ ਦੁਬਾਰਾ। ਆਈ ਨੋ, ਆਈ ਥਿੰਕ ਉਹ ਕਾਲ ਮਿਲਾ ਕੇ ਤਾਂ ਭੁੱਲ ਗਏ ਨੇ ਜਾਂ ਦੂਜੀ ਕਾਲ ਕੇ ਲੈ ਰਹੇ ਨੇ ਕਿਤੇ। ਬਟ ਉਹੀ ਬੜੀ ਮਜ਼ੇ ਦੀ ਗੱਲ ਇਹ ਹੈ ਕਿ ਯੂ ਨੋ, ਜਿਹੜੀਆਂ ਵੀ ਸਾਡੀ ਮੈਮਰੀਜ਼ ਹੈ, ਜਿਵੇਂ ਮੈਂ ਪਹਿਲੇ ਕਿਹਾ ਕਿ ਥੋੜ੍ਹਾ ਜਿਹਾ ਡਿਫੋਲਟ ਵੀ ਹੈ, ਸਪੈਸ਼ਲੀ ਚਾਈਲਡਹੁੱਡ ਮੈਮਰੀਜ਼ ਦੇ ਵਿੱਚ। ਬਚਪਨ ਦੀਆਂ ਜਿਹੜੀਆਂ ਮੈਮਰੀਜ਼ ਹੈ, ਮੈਨੂੰ ਹੁਣ ਪਤਾ ਲੱਗਦਾ ਹੈ ਬੀਇੰਗ ਅ ਸਾਈਕੋਲੋਜਿਸਟ ਐਜ਼ ਵੈਲ ਐਜ਼ ਕਿ ਬੱਚੇ ਕਈ ਵਾਰੀ ਸ਼ੇਅਰ ਕਰਦੇ ਆ ਇੰਝ ਹੋਇਆ ਸੀ, ਯੂ ਨੋ, ਉਹਦੇ ਵਿੱਚ ਪਰਸੈਪਸ਼ਨ ਉਹਨਾਂ ਦੀ ਜਿਹੜੀ ਹੁੰਦੀ ਹੈ, ਕਈ ਵਾਰੀ ਉਹ ਜਿਸ ਚੀਜ਼ ਨੂੰ ਜਿੰਝ ਲੈ ਰਹੇ ਹੁੰਦੇ ਆ ਉਹਦੇ 'ਚ ਥੋੜ੍ਹਾ ਜਿਹਾ ਰਿਐਲਿਟੀ ਤੋਂ ਹਟ ਕੇ ਹੁੰਦਾ, ਜਾਂ ਕਹਿ ਸਕਦੇ ਹਾਂ ਅਡਲਟ ਪਰਸੈਪਸ਼ਨ ਤੋਂ ਹਟ ਕੇ ਹੁੰਦਾ। ਰਿਐਲਿਟੀ ਹਰ ਇੱਕ ਵਾਸਤੇ ਡਿਫਰੈਂਟ ਹੈ। ਬਟ ਉਹ ਜਿਵੇਂ ਕਲਾਸਰੂਮ ਵੀ ਮੈਂ ਇੱਕ ਇਗਜ਼ਾਮਪਲ ਹੈ ਕਿ ਜਿਵੇਂ ਅਸੀਂ ਕਲਾਸ ਫੈਲੋਜ਼ ਸਾਰੇ ਆਪਾਂ ਸ਼ੇਅਰ ਕਰਦੇ ਹਾਂ, ਯੂ ਨੋ, ਹੁਣ ਵਟਸਐਪ ਦੇ ਕਰਕੇ ਥੈਂਕਸ ਟੂ ਵਟਸਐਪ ਗਰੁੱਪਸ ਬਣ ਗਏ ਨੇ, ਸੋ ਸਾਰੇ ਸਕੂਲ ਫਰੈਂਡਸ ਇਕੱਠੇ ਹੈ, ਕਲਾਸ ਮੇਟਸ ਇਕੱਠੇ ਹੋਏ ਹੋਏ ਹੈ, ਪਰ ਕੋਈ ਪਰਟੀਕੁਲਰ ਗੱਲ ਨੂੰ ਯਾਦ ਕਰਕੇ ਹਰ ਇੱਕ ਦੀ ਜਿਹੜੀ ਮੈਮਰੀ ਹੈ ਉਸ ਚੀਜ਼ ਦੇ ਬਾਰੇ, ਉਹ ਮੈਂ ਦੇਖਿਆ ਬੜੀ ਡਿਫਰੈਂਟ ਹੁੰਦੀ ਹੈ। ਕਿਸੇ ਨੂੰ ਉਸ ਚੀਜ਼ ਦਾ ਕੋਈ ਚੀਜ਼ ਯਾਦ ਹੋ ਰਿਹਾ ਹੁੰਦਾ, ਕਿੱਸਾ ਸੇਮ ਹੈ ਕਿ ਉਸੇ ਵਾਰੀ ਇੰਝ ਹੋਇਆ ਸੀ, ਫਲਾਣਾ ਗਿਰ ਗਿਆ ਸੀ, ਬਟ ਹਰ ਬੰਦਾ ਉਸਨੂੰ ਜੋ ਲੈ ਰਿਹਾ ਉਹ ਡਿਫਰੈਂਟ ਹੈ। ਕਿਸ ਇਮੋਸ਼ਨ 'ਚੋਂ ਕਿਹੜਾ ਬੱਚਾ ਉਸ ਵੇਲੇ ਲੰਘ ਰਿਹਾ, ਉਹਨੂੰ ਕਿਸ ਤਰ੍ਹਾਂ ਉਹਨੇ ਲਿਆ, ਉਹ ਡਿਫਰੈਂਟ ਹੈ। ਇਹ ਕਹਿਣ ਦਾ ਇਹ ਯਾਦ ਕਰਾਉਣਾ ਬੜਾ ਜ਼ਰੂਰੀ ਹੈ, ਬਿਕੋਜ਼ ਜਦੋਂ ਅਸੀਂ ਮੈਮਰੀਜ਼ ਦੀ ਗੱਲ ਕਰ ਰਹੇ ਹਾਂ, ਗੁੱਡ ਮੈਮਰੀਜ਼, ਹੈਪੀ ਮੈਮਰੀਜ਼ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ, ਬਟ ਈਵਨ ਨੈਗੇਟਿਵ ਮੈਮਰੀਜ਼, ਈਵਨ ਮੈਮਰੀਜ਼ ਜਿਹੜੀਆਂ ਕੋਈ ਰਿਜੈਕਸ਼ਨ ਹੈ ਜਾਂ ਲੈਕ ਆਫ ਲਵ ਹੈ ਬਚਪਨ ਦੇ ਵਿੱਚ, ਕੋਈ ਐਸਾ ਜਿਹਨੂੰ ਯਾਦ ਕਰਕੇ ਅਸੀਂ ਖੁਸ਼ ਨਹੀਂ ਹੁੰਦੇ, ਜਿਹਨੂੰ ਅਸੀਂ ਅਵੋਇਡ ਕਰਦੇ ਹਾਂ, ਅਸੀਂ ਕਹਿੰਦੇ ਹਾਂ ਉਹ ਵਾਲੀ ਯਾਦਾਂ ਸਾਨੂੰ ਨਾ ਆਉਣ, ਉਹ ਵੀ ਪ੍ਰੂਵਨ ਹੈਗਾ ਕਿ ਐਜ਼ ਐਨ ਅਡਲਟ ਅਗਰ ਤੁਸੀਂ ਉਹਨੂੰ ਥੋੜ੍ਹਾ ਜਿਹਾ ਕਰੇਜ ਕਰਨਾ ਪਏਗਾ, ਉਸਨੂੰ ਰੀਵਿਜ਼ਿਟ ਕਰਦੇ ਹੋ ਉਸ ਮੈਮਰੀ ਨੂੰ, ਅਤੇ ਤੁਸੀਂ ਇੱਕ ਅਡਲਟ ਪਰਸੈਪਸ਼ਨ ਨਾਲ, ਅਡਲਟ ਨਜ਼ਰੀਏ ਨਾਲ ਉਸ ਮੈਮਰੀ ਨੂੰ ਦੇਖ ਸਕਦੇ ਹੋ। ਪਰ ਜਦੋਂ ਅਸੀਂ ਪੂਰੀ ਤਰ੍ਹਾਂ ਉਹਨੂੰ ਅਵੋਇਡ ਕਰਦੇ ਹਾਂ, ਡਿਨਾਏ ਕਰਦੇ ਹਾਂ ਕਿ ਮੈਨੂੰ, ਯੂ ਨੋ, ਓਵਰਆਲ ਪਤਾ ਹੈ ਕਿ ਦੁੱਖ ਹੈਗਾ ਜਾਂ ਕਿਸੇ ਚੀਜ਼ ਨਾਲ ਰਿਲੇਸ਼ਨਸ਼ਿਪ 'ਚ ਪ੍ਰੋਬਲਮ ਹੈ, ਕੁਛ ਹੈ, ਔਰ ਮੈਨੂੰ ਨਹੀਂ ਪਤਾ ਕਿ ਉਹ ਕਿਉਂ ਹੈ, ਸੋ ਅਸੀਂ ਕੋਈ ਵੀ ਐਸੀ ਮੈਮਰੀ ਨੂੰ ਰੀਵਿਜ਼ਿਟ ਕਰੀਏ ਜਿਹੜੀ ਸਾਨੂੰ ਤੰਗ ਕਰਦੀ ਹੈ, ਔਰ ਫਿਰ ਉਹਨੂੰ ਦੇਖੀਏ ਅੱਜ ਦੇ ਰੂਪ ਨਾਲ, ਅੱਜ ਇੱਕ ਅਡਲਟ ਦੇ ਹਿਸਾਬ ਨਾਲ। ਅਤੇ ਬਹੁਤ ਵਾਰੀ ਕਹਿੰਦੇ ਨੇ ਕਿ ਇਟਸ ਵੈਰੀ ਥੈਰੇਪਿਊਟਿਕ, ਉਹ ਕਈ ਜਿਹੜੀਆਂ ਸਾਡੀਆਂ ਅਨਨੋਨ ਫੀਅਰਸ ਵੀ, ਅਨਨੋਨ ਸਾਡੀਆਂ ਕਿਉਂ ਅਸੀਂ ਖਿੱਚਦੇ ਹਾਂ ਕਿਸੇ ਚੀਜ਼ 'ਤੇ, ਕਿਉਂ ਸਾਨੂੰ ਗੁੱਸਾ ਜ਼ਿਆਦਾ ਆਉਂਦਾ ਹੈ, ਕਿਉਂ ਕੋਈ ਫੋਬੀਆਜ਼ ਹੈਗੇ ਹੈ, ਉਹਨਾਂ ਨੂੰ ਕਰੈਕਟ ਕਰਨ 'ਚ ਬਹੁਤ ਹੈਲਪ ਕਰਦਾ ਹੈ, ਉਹਨਾਂ ਨੂੰ ਹਲਕਾ ਕਰਨ 'ਚ ਜਾਂ ਫਿਰ ਉਹਦਾ ਟ੍ਰੀਟਮੈਂਟ ਕਰਨ 'ਚ ਜਾਂ ਉਹਦਾ ਫਿਕਸ ਕਰਨ ਦੇ ਵਿੱਚ ਬਹੁਤ ਹੈਲਪ ਕਰਦੀ ਹੈ। ਜੇ ਅਸੀਂ ਰੀਵਿਜ਼ਿਟ ਕਰਨ ਨੂੰ ਕਰੇਜ ਕਰੀਏ, ਵੀ ਬੀ ਕਰੇਜੀਅਸ ਅ ਲਿਟਲ ਐਂਡ ਰੀਵਿਜ਼ਿਟ ਆਰ ਬੈਡ ਮੈਮਰੀਜ਼ ਆਲਸੋ। ਸੋ ਮੇਰਾ ਬਹੁਤ ਜ਼ਰੂਰੀ ਸੀ ਇਹ ਕਹਿਣਾ ਕਿ ਖਾਲੀ ਹੈਪੀ ਮੈਮਰੀਜ਼ ਦੀ ਗੱਲ ਨਹੀਂ ਹੋ ਰਹੀ, ਕਈ ਵਾਰੀ ਅਸੀਂ ਜਦੋਂ ਵਿਜ਼ਿਟ ਰੀਵਿਜ਼ਿਟ ਕਰਾਂਗੇ ਹੈਪੀ ਮੈਮਰੀਜ਼ ਦੇ ਨਾਲ, ਮਾੜੀਆਂ ਵਿਜ਼ਿਟ ਵੀ ਆਉਣਗੀਆਂ ਕਿ ਉਹ ਮੇਰੇ ਨਾਲ ਤਾਂ ਮਾੜਾ ਹੋਇਆ, ਯੂ ਨੋ, ਇਸ ਤਰ੍ਹਾਂ ਮਾੜਾ ਹੋਇਆ। ਪਰ ਉਸ ਪਰਟੀਕੁਲਰ ਇੱਕ ਘੜੀ ਨੂੰ ਅਗਰ ਤੁਸੀਂ ਸੋਚੋ, ਅਡਲਟ ਵਾਕਣ ਉਸਨੂੰ ਲੈ ਕੇ ਦੇਖੋ, ਨਜ਼ਰੀਆ ਬਦਲ ਜਾਏਗਾ, ਔਰ ਉਹ ਬੋਦਰ ਕਰਨੀ, ਅਨਕੋਨਸ਼ੀਅਸ ਸਬਕੋਨਸ਼ੀਅਸ ਲੈਵਲ 'ਤੇ ਜਿਹੜੀ ਸਾਨੂੰ ਬੋਦਰ ਕਰਦੀ ਹੈ, ਉਹ ਬੋਦਰ ਕਰਨੀ ਬੰਦ ਕਰ ਦੇਗੀ। ਸੋ ਇਹ ਵੀ ਇੱਕ ਟਿਪ ਹੈਗਾ ਜਿਹੜਾ ਮੈਨੂੰ ਲੱਗਦਾ ਸੀ ਬਹੁਤ ਜ਼ਰੂਰੀ ਹੈ ਸ਼ੇਅਰ ਕਰਨਾ। ਦੂਸਰਾ ਡੈਫੀਨੇਟਲੀ ਇਹ ਹੈ ਕਿ ਕਮਿੰਗ ਬੈਕ ਟੂ ਹੈਪੀ ਮੈਮਰੀਜ਼, ਕਿ ਕੋਈ ਹੈਪੀ ਮੈਮਰੀ ਵੀ ਨਾ, ਮੈਨੂੰ ਆਪਣੇ ਬੱਚਿਆਂ ਤੋਂ ਯਾਦ ਹੈ ਕਿ ਇੱਕ ਨੂੰ ਉਹਦੇ ਬਾਰੇ ਕੁਛ ਹੋਰ ਯਾਦ ਹੁੰਦਾ, ਦੂਜੇ ਨੂੰ ਕੁਛ ਹੋਰ ਯਾਦ ਹੁੰਦਾ। ਸੋ ਨੋਟ ਨੈਸੈਸਰੀ ਕਿ ਸਾਡੀਆਂ ਸਾਰੀ ਜਿਹੜੀਆਂ ਮੈਮਰੀਜ਼ ਹੈ ਉਹ ਫਿਜ਼ੀਕਲੀ ਬੜੀ ਐਕੂਰੇਟ ਹੈ, ਪਰ ਫਿਰ ਵੀ ਸਾਨੂੰ ਖੁਸ਼ੀ ਬੜੀਆਂ ਦਿੰਦੀਆਂ। ਸੋ ਲੈਟ ਮੀ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ? ਮੈਂ ਬਲਵਿੰਦਰ ਬੋਲ ਰਹੀ ਹਾਂ। ਤਾਂ ਮੇਰਾ ਖਿਆਲ ਤੁਸੀਂ ਮੈਨੂੰ ਪਰਸਨਲੀ ਕਾਲ ਵੀ ਕੀਤੀ ਸੀ, ਤਾਂ ਆਈ ਵਾਸ ਇਨ ਦਾ ਗਰਾਜ। ਓਕੇ ਓਕੇ, ਆਈ ਵਿਲ ਕਾਲ ਅਗੇਨ। ਪਰ ਅੱਜ ਦਾ ਦੱਸੋ ਕੀ ਕਹਿੰਦੇ ਹੋ? ਅੱਜ ਦਾ ਬਸ ਜੀ, ਜਿਹੜੀਆਂ ਬਚਪਨ ਦੀਆਂ ਯਾਦਾਂ ਉਹ ਤਾਂ ਸਪੈਸ਼ਲੀ ਹੁੰਦੀਆਂ ਆ, ਉਹ ਤਾਂ ਭੁੱਲ ਨਹੀਂ ਪਾਉਂਦੀ। ਕੋਈ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਵੀ ਮੁਸਕਰਾਈਏ। ਬਚਪਨ ਚ ਬਸ ਜ਼ਿਆਦਾ ਤਾਂ ਸਕੂਲ ਦੀਆਂ ਯਾਦਾਂ ਹੁੰਦੀਆਂ। ਹਾਂਜੀ, ਜਦੋਂ ਛੋਟੇ ਹੁੰਦੇ ਸਕੂਲੇ ਜਾਈਦਾ, ਅਸੀਂ ਇੱਕ ਫਿਰ ਇਹਨਾਂ ਨੇ ਇੱਕ ਦੂਜੇ ਦੀ ਰੋਟੀ ਚ, ਉਹਨਾਂ ਨੇ ਬਾਥਰੂਮ ਜਾਣਾ, ਅਸੀਂ ਰੋਟੀ ਖਾ ਲੈਣੀ ਇੱਕ ਦੂਜੇ ਦੀ। ਸਹੀ ਹੈ, ਇਹ ਬਹੁਤ ਅਸੀਂ ਕਰਦੀਆਂ ਹੁੰਦੀਆਂ ਸੀ। ਹਾਂਜੀ ਹਾਂਜੀ, ਕਿ ਦੂਸਰੀ ਚਲੋ ਪੱਕੀ ਗਈ ਆ ਬਾਥਰੂਮ, ਫਟਾਫਟ ਉਹਦੀ ਉਹਨੇ ਆ ਕੇ ਦੇਖਣਾ ਉਹਦਾ ਡੱਬਾ ਖਾਲੀ, ਫਿਰ ਲੜਾਈ ਹੋਣੀ,
ਤੁਸੀਂ ਮੈਨੂੰ ਯਾਦ ਕਰਾਤਾ ਹੈ, ਇੱਕ ਮੇਰੀ ਫਰੈਂਡ ਹੈ ਹਲੇ ਵੀ ਸੈਨ ਡੀਏਗੋ ਚ ਹੈਗੀ ਉਹ, ਉਹਦੇ ਨਾ ਬੈਗ ਨੂੰ ਅਸੀਂ ਛੇੜਨਾ, ਉਹਨੇ ਇੱਕ ਕਲਾਸ ਕਿਸੇ ਹੋਰ ਕਲਾਸ ਦੂਸਰੇ ਕਲਾਸਰੂਮ ਚ ਜਾਣਾ ਯੂ ਨੋ ਅਟੈਂਡ ਕਰਨ, ਵਾਪਸ ਆਣਾ ਜੇ ਅਸੀਂ ਉਹਦਾ ਬੈਗ ਛੇੜਿਆ, ਕੋਈ ਰੋਟੀ ਕੱਢੀ, ਉਹਦੇ ਮਾਮਾ ਬਹੁਤ ਸਵਾਦ ਪਰੌਂਠੀਆਂ ਬਣਾਉਂਦੇ ਸੀ, ਅਸੀਂ ਉਹ ਕੱਢ ਕੇ ਖਾ ਲੈਣੀਆਂ, ਜਾਂ ਫਿਰ ਉਹਦੀ ਅੰਬੀ ਹੁੰਦੀ ਸੀ ਉਹ ਅਸੀਂ ਛੇੜ ਲੈਣੀ, ਉਹਨੂੰ ਵਾਪਸ ਆ ਕੇ ਨਾ ਬੈਗ ਦੀ ਸ਼ਕਲ ਦੇਖ ਕੇ ਪਤਾ ਲੱਗ ਜਾਂਦਾ ਸੀ ਵੀ ਕਿਸੇ ਨੇ ਛੇੜਿਆ ਸੀ। ਕਿਸੇ ਕਿਸੇ ਦਾ ਇੰਨਾ ਖਾਲੀ ਹੋਣਾ, ਫਿਰ ਬੜੀ ਸਾਡੀ ਲੜਾਈ ਵੀ ਹੋਣੀ, ਪਰ ਉੱਥੇ ਹੱਸ ਹੱਸ ਕੇ ਟਾਈਮ ਪਾਸ ਕਰਕੇ ਸਹੀ ਹੋ ਜਾਣਾ। ਹਾਂ ਦੇਖੋ ਉਹੀ ਜੇ ਦਾਦਾ ਸੀਗੀਆਂ, ਹਾਂਜੀ ਉਹੀ ਜੇ ਦਾਦਾ ਸੀਗੀਆਂ, ਤੇ ਉਹੀ ਅਸੀਂ ਨਾਰਾਜ਼ ਵੀ ਹੋਣਾ, ਤੇ ਦੋ ਘੜੀਆਂ ਬਾਅਦ ਫਿਰ ਸਾਰੇ ਰਾਤ ਨੂੰ ਗੱਪਾਂ ਮਾਰਦੇ ਹੁੰਦੇ ਸੀ, ਲੇਬਰ ਦੇ ਨਾਲ ਉੱਠਣ ਦਾ ਫਿਕਰ ਕੋਈ ਨਾ, ਜੋਬ ਤੇ ਜਾਣ ਦਾ ਇੰਨਾ, ਹਨਾ ਬਿਲਕੁਲ ਬਿਲਕੁਲ। ਹਾਂਜੀ ਡੈਡੀ ਨੇ ਕਮਾਉਣਾ ਤੇ ਸਾਰੀ ਫੈਮਿਲੀ ਨੇ ਖਾਣਾ, ਇੱਦਾਂ ਕਰਦੇ ਸੀ ਲੋਕ। ਬਿਲਕੁਲ ਬਿਲਕੁਲ, ਥੈਂਕ ਯੂ ਜੀ, ਥੈਂਕ ਯੂ ਸੋ ਮਚ ਸ਼ੇਅਰ ਕਰਨ ਦਾ। ਔਰ ਵਹੀ ਜਿਹੜੀ ਵਾਪਸ ਲਿਆਤੀ ਮੇਰੀ ਮੈਮਰੀ, ਛੱਤਾਂ ਤੇ ਚਾਰਪਾਈਆਂ ਜਿਹੜੀਆਂ ਮੰਜੇ ਵਿਛਾਣ ਦੀਆਂ, ਦਿੱਲੀ ਦੇ ਵਿੱਚ ਮੈਨੂੰ ਯਾਦ ਹੈ ਮੈਂ ਨਾਨਕਿਆਂ ਦੇ ਜਾਣਾ ਜਦੋਂ, ਤੇ ਉਹਨਾਂ ਨੇ ਕਹਿਣਾ ਜੀ ਤਿੰਨ ਬੰਦੇ ਹੋਰ ਆਏ ਹੋਏ ਆ, ਤੇ ਨਾਲ ਗੁਆਂਢੀਆਂ ਤੇ ਮੈਸੇਜ ਭੇਜ ਦਿਓ ਵੀ ਅੱਜ ਸਾਡੀਆਂ 9 ਮੰਜੀਆਂ, ਅੱਜ ਸਾਡੀਆਂ 7 ਮੰਜੀਆਂ, ਵੀ ਉਸ ਤੋਂ ਬਾਅਦ ਉਹ ਆਪਣੀ ਡਾਣੀ ਸ਼ੁਰੂ ਕਰਨ, ਯੂ ਨੋ ਇੰਨਾ ਮਜ਼ਾ ਆਉਂਦਾ ਸੀ। ਔਰ ਫਿਰ ਮੈਨੂੰ ਪਤਾ ਕਿ ਇੱਕ ਮੇਰੀ ਕਜ਼ਨ ਜਿਹੜੀ ਸੈਂਟ ਲੂਇਸ ਹੁੰਦੀ ਹੈ ਹੁਣ, ਉਹ ਛੋਟੀ ਹੁੰਦੀ ਸੀ ਔਰ ਮੈਂ ਉਹਨੂੰ ਦੇਖਣਾ ਕਿ ਉਹ ਗਰਮੀ ਦਿੱਲੀ ਦੀ ਆਪਣੀ ਗਰਮੀ ਹੈ ਉਹ ਇੰਨੀ ਯੂਜ਼ ਟੂ ਹੋਣੀ, ਅਤੇ ਉਹਨੇ ਨਾ ਆਪਣੇ ਲਿਟਰਲੀ ਮੱਗ ਦੇ ਵਿੱਚ ਪਾਣੀ ਲਿਆ ਕੇ ਆਪਣਾ ਬਿਸਤਰਾ ਛਿੜਕੇ ਮਾਰ ਕੇ ਨਾ ਗਿੱਲਾ ਕਰ ਲੈਣਾ, ਤਾਂ ਅਸੀਂ ਕਹਿੰਦੇ ਹਾਈ ਇਹ ਗਿੱਲੇ ਬਿਸਤਰੇ 'ਤੇ ਕਿਵੇਂ ਸੋਏਗੀ, ਬਟ ਦੈਨ ਉਹਦੀ ਕਾਪੀ ਕਰਕੇ ਅਸੀਂ ਵੀ ਕਰਨਾ ਤਾਂ ਬੜਾ ਸਵਾਦ ਆਉਣਾ, ਫਿਰ ਉਹ ਇੱਕ ਇੱਕ ਪੱਖਾ ਜਾਂ ਕੁਛ ਆਪਣੇ ਵੱਲ ਕਰਨਾ ਵੀ ਕਿਹੜੇ ਪਾਸੇ, ਸੋ ਕਿਆ ਉਹ ਯਾਦਾਂ ਸੀ ਔਰ ਕਿੰਨਾ ਮਜ਼ਾ ਆਉਂਦਾ ਸੀ। ਲੈਟ ਮੀ ਟੇਕ ਏ ਸ਼ਾਰਟ ਬ੍ਰੇਕ, ਤੁਸੀਂ ਜ਼ਰੂਰ ਕਾਲ ਕਰੋ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿੰਦੇ ਨੇ। ਇੱਕ ਕਿਸੇ ਸਿਆਣੇ ਨੇ ਕਿਹਾ, ਕਹਿੰਦੇ ਇਫ ਯੂ ਕੈਰੀ ਯੋਰ ਚਾਈਲਡਹੁੱਡ ਵਿਦ ਯੂ, ਯੂਲ ਨੈਵਰ ਬਿਕਮ ਓਲਡ। ਆਪਣਾ ਬਚਪਨ ਅਗਰ ਨਾਲ ਹੀ ਲੈ ਕੇ ਜਾਂਦੇ ਰਹੋ ਤਾਂ ਕਦੀ ਵੀ ਏਜ ਮਹਿਸੂਸ ਨਹੀਂ ਹੋਏਗੀ। ਲੈਟਸ ਸੀ ਇਹ ਕੀ ਕਹਿ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਕੀ ਸ਼ੇਅਰ ਕਰੋਗੇ, ਕੌਣ ਬੋਲ ਰਹੇ ਹੋ? ਬਲਦੀਸ਼ ਕੌਰ ਗਰੇਵਾਲ ਬੋਲ ਰਹੀ ਹਾਂ। ਹਾਂਜੀ ਹਾਂਜੀ, ਸਵਾਗਤ ਹੈ, ਦੱਸੋ। ਹਾਂਜੀ ਮੈਂ ਦੱਸਣਾ ਸੀ, ਮੈਂ ਅਸੀਂ ਜਾਂਦੇ ਸੀ ਫਾਰਮ ਹਾਊਸ ਤੇ ਆਪਦੇ, ਮੇਰੇ ਦਾਦਾ ਜੀ ਛੱਲੀਆਂ ਭੁੰਦੇ ਹੁੰਦੇ ਸੀ। ਅੱਛਾ ਜੀ। ਛੱਲੀਆਂ ਭੁੰਦੇ ਹੁੰਦੇ ਸੀ ਤੇ ਅਸੀਂ ਤਿੰਨ ਚਾਰ ਭੈਣ ਭਰਾ ਹੁੰਦੇ ਸੀ ਉੱਥੇ, ਤੇ ਅਸੀਂ ਖਾਣੇ, ਇੱਕ ਮੇਰਾ ਬ੍ਰਦਰ ਆਪਣੀਆਂ ਸੇਵ ਕਰੀ ਜਾਂਦਾ ਸੀਗਾ, ਉਹ ਸੇਵ ਕਰੀ ਜਾਂਦਾ ਸੀ, ਮੈਂ ਇਕੱਠੀਆਂ ਕਰਕੇ ਖਾਊਂਗਾ ਹਨਾ, ਇਹ ਸ਼ੇਅਰ ਦੀਆਂ ਜਿਹੜਾ ਸ਼ੇਅਰ ਆਉਂਦਾ ਸੀ ਉਹਨੂੰ, ਤੇ ਉਹ ਫਿਰ ਠੰਡੀਆਂ ਹੋ ਜਾਂਦੀਆਂ ਸੀ, ਉਹ ਖਾਂਦਾ ਹੀ ਨਹੀਂ ਸੀਗਾ, ਅਸੀਂ ਕਿਹਾ ਅਸੀਂ ਤਾਂ ਇੰਜੋਏ ਕਰਦੇ, ਤੂੰ ਕਰਦਾ ਹੀ। ਪਰ ਉਹ ਕੋਈ ਪਾੜ ਦਿੰਦਾ ਸੀ ਜਦੋਂ ਅਸੀਂ ਲੰਚ ਟਾਈਮ ਘਰ ਆਉਂਦੇ ਸੀ, ਉਹ ਗੱਲ ਦਾ ਬਹੁਤ ਦੁੱਖ ਲੱਗਦਾ ਸੀਗਾ, ਅਜੇ ਵੀ ਮੈਨੂੰ ਯਾਦ ਆਉਂਦਾ। ਇੱਕ ਜੀ ਮੈਂ ਤੁਹਾਡੇ ਤੋਂ ਇੱਕ ਨੰਬਰ ਲੈਣਾ ਸੀ, ਕਸ਼ਮੀਰ ਕੌਰ ਜਿਹੜੇ ਆ ਸਿਆਟਲ ਤੋਂ ਤੁਹਾਨੂੰ ਕਾਲ ਕਰਦੇ ਆ, ਜਦੋਂ ਮੇਰੇ ਕੋਲ ਹੋਏਗਾ, ਮੇਰੇ ਕੋਲ ਹਾਲੇ ਤੇ ਉਹਨਾਂ ਦਾ ਨੰਬਰ ਨਹੀਂ ਹੈ, ਜਦੋਂ ਹੋਏਗਾ ਮੈਂ ਤੁਹਾਨੂੰ ਪਾਸ ਔਨ ਕਰ ਦਾਂਗੀ। ਬਸ ਅਸੀਂ ਰਿਲੇਟਡ ਨਹੀਂ ਹੈਗੇ, ਬਸ ਮੈਂ ਉਦਾਂ ਇਹਨਾਂ ਨਾਲ ਗੱਲ ਕਰਨਾ ਚਾਹੁੰਦਾ। ਠੀਕ ਹੈ ਠੀਕ ਹੈ, ਥੈਂਕ ਯੂ, ਬਹੁਤ ਵਧੀਆ ਜੀ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਅਰਵਿੰਦ ਜੀ, ਮੈਨੂੰ ਫੇਰ ਆਉਣਾ ਪਿਆ ਜੀ। ਹਾਂਜੀ ਦੱਸੋ ਕੁਇਕਲੀ। ਸਭ ਤੋਂ ਜ਼ਿਆਦਾ ਤੇ ਜਸ ਟੀਵੀ ਵਾਲਿਆਂ ਦਾ ਧੰਨਵਾਦ ਕਰਨਾ ਬਣਦਾ ਸਾਨੂੰ ਵੀ, ਜਿੰਨਾ ਐਡਾ ਵੱਡਾ ਪਰਿਵਾਰ ਇੰਨੇ ਸਮੇਂ ਤੋਂ ਜੁੜਿਆ ਆ। ਜੀ ਜੀ ਜੀ, ਥੈਂਕ ਯੂ ਜੀ, ਥੈਂਕ ਯੂ। ਤੁਹਾਡੀ ਸੱਚਾਈ, ਸੀਰਤ, ਸੁੰਦਰਤਾ, ਸੱਪਣ, ਸਲੀਕਾ, ਤਰੀਕਾ, ਤੁਹਾਡੇ ਸ਼ੋਅ ਦੀ ਸ਼ੋਹਰਤ ਜਿਹੜੀ ਆ ਉਹ ਸਾਨੂੰ ਨਾਲ ਜੋੜ ਕੇ ਰੱਖਦੀ ਆ। ਥੈਂਕ ਯੂ, ਥੈਂਕ ਯੂ, ਮੀਨਸ ਅ ਲੋਟ ਟੂ ਮੀ, ਤੁਸੀਂ ਕਹਿੰਦੇ ਹੋਏ ਧੁੱਪ ਕਦੋਂ ਆ ਗਈ, ਧੁੱਪੇ ਵੀ ਕਈ ਵਾਰ ਸੁੱਤੇ ਰਹਿਣਾ, ਜਿਹੜੀ ਉਹ ਮੰਜਿਆਂ ਦੇ ਨੀ ਆਉਂਦੀ, ਜਿਸ ਤਰ੍ਹਾਂ ਉਹ ਦੱਸ ਕੇ ਗਏ ਵੀ ਆਣ ਕੇ ਮੰਜੇ ਤੇ ਦਵਾ ਦਵ ਸੌਂਦੇ, ਥਕਾਵਟ ਨੀਂਦ ਲਿਆਉਂਦੀ ਆ। ਬਿਲਕੁਲ ਬਿਲਕੁਲ,
ਤੇ ਮੰਜਾ ਉਹ ਹੀ ਹੁੰਦਾ, ਤੁਸੀਂ ਅੰਦਰੋਂ ਬਾਹਰ ਹੁੰਦੇ ਰਹੋ ਤੇ ਉਸਲ ਵਾਟੇ ਭੰਨੋਗੇ, ਨੀਂਦ ਨਹੀਂ ਆਊਗੀ, ਉਹ ਧੁੱਪ ਛਾਂ ਦਾ ਵੀ ਨਹੀਂ ਪਤਾ ਲੱਗਦਾ, ਤੇ ਉਹ ਕਈ ਵਾਰ ਅੱਧਾ ਅੱਧਾ ਘੰਟਾ 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 ਪਰਛਾਵਾਂ ਗਾਂਹ ਚੱਲ ਜਾਂਦਾ ਸੀ ਤੇ ਧੁੱਪੇ ਪੈ ਰਹੀਦਾ ਸੀਗਾ। ਸਹੀ ਕਹਿ ਰਹੇ ਹੋ, ਕਿਉਂਕਿ ਛਾਂ ਥੋੜੀ ਹੁੰਦੀ ਤੇ ਸੌਣ ਵਾਲੇ ਜ਼ਿਆਦਾ ਹੁੰਦੇ। ਧੰਨਵਾਦ ਤੁਹਾਡਾ ਜੀ, ਤੁਸੀਂ ਚੜ੍ਹਦੀ ਕਲਾ ਚ ਰਹੋ, ਏਦਾਂ ਹੀ ਚਾਨਣ ਖਿਲਾਰਦੇ ਰਹੋ ਸਾਡੇ ਲੋਕਾਂ ਤੱਕ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਹੋਰ ਲੈਂਦੇ ਹਾਂ ਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਅਰੁਣ ਜੀ, ਮੈਂ ਸੁਰਜੀਤ ਬੋਲਦੀ ਪਈ ਹਾਂ ਕੈਲੀਫੋਰਨੀਆ ਤੋਂ। ਹਾਂਜੀ ਸੁਰਜੀਤ ਜੀ, ਦੱਸੋ, ਇੱਕ ਮਿੰਟ ਹੈ ਤੁਹਾਡੇ ਕੋਲ, ਦੱਸੋ। ਮੈਂ ਤਾਂ ਵੈਸੇ ਕਾਲ ਕੀਤੀ ਸੀ ਕਿਉਂਕਿ ਮੈਂ ਬਹੁਤ ਜ਼ਿਆਦਾ ਟਰਾਈ ਕਰਨੀ ਹੈਗੀ ਹੈ, ਮੈਂ ਤੁਹਾਡਾ ਸ਼ੋਅ ਬਹੁਤ ਚੰਗਾ ਲੱਗਦਾ, ਯੂ ਆਰ ਸੋ ਨਾਈਸ, ਥੈਂਕ ਯੂ, ਬੜੇ ਪੀੜ ਹਾਂ, ਬਹੁਤ ਸੋਹਣਾ ਬੋਲਦੇ ਹੈਗੇ, ਮੈਂ ਇਸ ਵਾਸਤੇ ਪਹਿਲੀ ਵਾਰ ਤੁਹਾਨੂੰ ਫੋਨ ਕਰ ਰਹੀ ਹੈ। ਓ ਥੈਂਕ ਯੂ ਸੋ ਮਚ, ਇਸੇ ਤਰ੍ਹਾਂ ਕਰਿਆ ਕਰੋ, ਚੰਗਾ ਲੱਗਦਾ ਹੈ, ਫੀਡਬੈਕ ਮਿਲਦਾ ਹੈ ਨਾ, ਸਾਨੂੰ ਵੀ ਲੱਗਦਾ ਹੈ ਕਿ ਹਾਂ ਕੁਝ ਅੱਛਾ ਹੋ ਰਿਹਾ, ਕੋਈ ਸੁਣ ਰਿਹਾ ਹੈ। ਸਰਕਾਰ ਕਰਦੀ ਪਈ ਹੈ, ਕਰੀ ਜਾਂਦੀ ਹੈ, ਪਰ ਲੱਗਦਾ ਨਹੀਂ ਕਿ ਤਾਂ ਫਾਈਨਲੀ ਆਈ ਗਾਟ ਯੂ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਕੋਈ ਸ਼ੇਅਰ ਕਰਨੀ ਹੈ ਕੁਇਕਲੀ 30 ਸੈਕਿੰਡਸ, ਕੋਈ ਮੈਮਰੀ? ਮੈਨੂੰ ਮੈਂ ਤਾਂ ਸਿਰਫ ਤੁਹਾਨੂੰ ਕਮੈਂਟ ਕਰਨ ਵਾਸਤੇ ਕੀਤਾ ਸੀ ਫੋਨ ਮੇਰੀ ਨੈਕਸਟ। ਥੈਂਕ ਯੂ, ਥੈਂਕ ਯੂ, ਜ਼ਰੂਰ ਕਾਲ ਕਰਿਓ, ਇਸ ਤਰ੍ਹਾਂ ਬਹੁਤ ਚੰਗਾ ਲੱਗਦਾ ਹੈ ਜਦੋਂ ਸਾਰੇ ਨਾਲ, ਕਿਉਂਕਿ ਮੈਨੂੰ ਨਹੀਂ ਪਤਾ ਤੁਸੀਂ ਸੁਣ ਰਹੇ ਹੋ ਕਿ ਨਹੀਂ, ਮੈਨੂੰ ਤਾਂ ਹੀ ਪਤਾ ਲੱਗੇਗਾ ਜੇ ਤੁਸੀਂ ਕਾਲ ਕਰਕੇ ਕੁਛ ਆਪਣੀ 2% ਪਾਓਗੇ ਵਿੱਚ। ਸੋ ਹੋਰ ਹੁਣ ਕਾਲਸ ਆਉਣੀਆਂ, ਸ਼ੁਰੂ ਤੋਂ ਹੀ ਮਿਲਾ ਲਿਆ ਕਰੋ, ਤਾਂ ਹੀ ਮੈਂ ਕਹਿੰਦੀ ਹਾਂ ਇੱਕ ਘੰਟਾ ਅਸੀਂ ਰੱਖਿਆ ਹੋਇਆ ਕਿ ਸਾਰੇ ਕੰਮ ਸ਼ੰਮ ਛੱਡ ਕੇ ਇਸ ਘੰਟੇ ਵਾਸਤੇ ਬੈਠ ਜਾਇਆ ਕਰੋ ਸ਼ੁਰੂਆਤ 'ਚ, ਕਿਉਂਕਿ ਖਾਸ ਤੌਰ 'ਤੇ ਕੇਸਿਸ ਕਰਦੇ ਹਾਂ ਜਿਹਦੇ ਨਾਲ ਪਹਿਲੇ ਹੀ ਸਟੋਰੀ ਦਿੱਤੀ ਜਾਂਦੀ ਹੈ, ਅਤੇ ਫਿਰ ਕੰਟਰੀਬਿਊਸ਼ਨ ਉੱਨੀ ਹੀ ਯੂ ਨੋ ਲੈਜੀਟੀਮੇਟ ਹੁੰਦੀ ਹੈ, ਫਾਇਦਾ ਹੁੰਦਾ ਉਸ ਚੀਜ਼ ਦਾ, ਕਿਉਂਕਿ ਤੁਸੀਂ ਪੂਰੀ ਗੱਲ ਸੁਣੀ ਹੁੰਦੀ ਹੈ। ਸੋ ਥੈਂਕ ਯੂ ਸੋ ਮੱਚ ਕਿ ਤੁਸੀਂ ਕਾਲ ਕਰਦੇ ਹੋ। ਐਂਡ ਮੈਮਰੀਜ਼ ਦੀ ਉਹ ਗੱਲ ਹੈ ਕਿ ਸਾਰੀਆਂ ਗੱਲਾਂ ਤੋਂ ਇਹ ਪਤਾ ਲੱਗ ਰਿਹਾ ਕਿ ਬਹੁਤ ਵਧੀਆ, ਕੁਇਕਲੀ ਮੈਂ ਇੱਕ ਕਾਲ ਲੈ ਲੈਂਦੀ ਹਾਂ, ਬਟ ਨਾਲ ਨਾਲ ਜਿਸ ਤਰ੍ਹਾਂ ਇਹ ਕਾਲ ਲੈ, ਸੋਰੀ, ਇੰਨੀ ਦੇਰ ਇਹ ਵੀ ਜ਼ਰੂਰ ਹੈ ਕਿ ਜਿੰਨਾ ਮਰਜ਼ੀ ਅਸੀਂ ਹੁਣ ਗੱਲਾਂ ਕੀਤੀਆਂ, ਜਦੋਂ ਸਾਡੀ ਮੈਮਰੀਜ਼ ਚੀਜ਼ਾਂ ਦੇ ਬਾਰੇ, ਟੋਇਜ਼ ਦੇ ਬਾਰੇ, ਚਾਈਲਡਹੁੱਡ ਮੈਮਰੀਜ਼ ਜਾਂ ਯੰਗਰ ਏਜ ਦੀਆਂ ਕੋਈ ਵੀ ਚੀਜ਼ਾਂ, ਉਹ ਥੋੜ੍ਹੀ ਦੇਰ ਬਾਅਦ ਫੇਡ ਹੋ ਜਾਂਦੀਆਂ, ਪਰ ਕਿਹੜੀ ਰਹਿ ਜਾਂਦੀ ਹੈ ਮੈਮਰੀ? ਜਿਹੜੀ ਕੰਫਰਟ, ਯੂ ਨੋ, ਆਪਣਾਪਨ, ਪਿਆਰ, ਜਿਵੇਂ ਅਸੀਂ ਮੰਜੇ ਦੀ ਗੱਲ ਕਰ ਰਹੇ ਹਾਂ, ਮੰਜਾ ਖਾਲੀ ਉਹ ਨਹੀਂ ਹੈ ਜਿਹੜਾ ਉਹ ਉਹਨਾਂ ਨੇ ਕੀਤਾ ਕਿ ਮੇਰਾ ਬੇਟਾ ਆਉਂਦਾ, ਤਾਂ ਮੰਜੇ 'ਚ ਮਿੰਟ ਲੱਗਦਾ ਉਹਨੂੰ ਸੁਣਦੇ ਹਾਂ, ਮੰਜੇ ਨਾਲ ਐਸੋਸੀਏਟ ਕੀ ਹੋਇਆ ਹੋਇਆ, ਸਾਰੇ ਘਰ ਦਾ ਪਿਆਰ, ਮੰਜਾ ਸਾਰਿਆਂ ਨੂੰ ਬੜਾ ਪਸੰਦ ਹੈ, ਅਤੇ ਉਹ ਜਿੰਜ ਵੀ ਆਉਂਦਾ ਇੱਕ ਉਹਦੀ ਜਿਹੜੀ ਯੂ ਨੋ ਗਰਮੀ ਹੈ, ਇੱਕ ਜਨਰੇਸ਼ਨਲ ਕਿ ਇਹ ਸਾਡੀ ਟ੍ਰੈਡੀਸ਼ਨਲ ਚੀਜ਼ ਹੈ ਕੁਛ, ਉਹ ਜਿਹੜਾ ਇੱਕ ਇਮੋਸ਼ਨ ਹੈ, ਉਹ ਮੈਨੂੰ ਲੱਗਦਾ ਉਹਨੂੰ ਗੱਲ ਉਹਨਾਂ ਨੂੰ ਗੱਲ ਵੱਕੜੀ ਪਾ ਲੈਂਦੇ ਹਾਂ। ਸੋ ਬਹੁਤ ਸਾਰੀਆਂ ਯਾਦਾਂ ਉਹ ਵਾਲੀਆਂ ਰਹਿ ਜਾਂਦੀਆਂ ਜਿਹਦੇ 'ਚ ਅਸੀਂ ਫੀਲ ਗੁੱਡ ਕੀਤਾ ਹੋਏ, ਇੱਕ ਫੀਲ ਗੁੱਡ ਐਲੀਮੈਂਟ ਸਾਡੇ ਲਾਈਫ ਦਾ ਨਾ ਬੜਾ ਵਧੀਆ, ਕਿ ਫੀਲ ਗੁੱਡ ਜਿਹੜਾ ਹੈ ਲਾਸਟ ਕਰਦਾ ਹੈ। ਔਰ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ, ਕਿਸੇ ਨੇ ਕਿਹਾ ਕਿ ਚਾਈਲਡਹੁੱਡ ਨੂੰ ਨਾਲ ਲਿਜਾਂਦੇ ਜਾਓ, ਏਜ ਦਾ ਪਤਾ ਨਹੀਂ ਲੱਗੇਗਾ। ਅੱਜ ਵਾਸਤੇ ਇੰਨਾ ਹੀ, ਥੈਂਕ ਯੂ ਫੋਰ ਯੂ ਨੋ ਜੁਆਇਨਿੰਗ ਮੀ, ਸਤਿ ਸ਼੍ਰੀ ਅਕਾਲ।